ਸਤਨਾਮ ਸ੍ਰੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ ਡੰਡਾਤ ਬੰਦਨ ਅਨਕਵਾਰ ਸੁਖ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਭਰਿਆ ਤਾ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਏਕੋ ਕਹੀਏ ਨਾਨਕਾ
ਕਈਆਂ ਦਿਨਾਂ ਤੋਂ ਜ਼ੁਕਾਮ ਹੋਇਆ, ਉਹਦੇ ਨਾਲ ਗਲ ਬੈਠ ਗਿਆ। ਵਚਨ ਕੀਤਾ ਸੀ ਸ਼ੀਤਲ ਸਿੰਘ ਉਹਨਾਂ ਨਾਲ ਕਿ ਮੈਂ ਦਵਾਨ ਲਾ ਦੇਵਾਂਗਾ, ਉਹਨਾਂ ਵਚਨਾਂ ਦਾ ਬੰਨਿਆ ਹੋਇਆ ਮੈਂ ਤੁਹਾਡੇ ਦਰਸ਼ਨ ਕਰਦਾ। ਜਿਹਾ ਜਿਹਾ ਵੀ ਹੈ ਉਸ ਤਰ੍ਹਾਂ ਦਾ ਹੀ ਜੋ ਬੋਲ ਹੈ ਪ੍ਰਵਾਨ ਕਰੋ, ਵਿਚਾਰ ਵੱਲ ਧਿਆਨ ਦੇਵੋ। ਜੋ ਆਪਾਂ ਸ਼ਬਦ ਪੜ੍ਹਿਆ ਹੈ ਇਹ ਗੁਰਮਤਿ ਦਾ ਸਿਧਾਂਤ ਹੈ, ਜੋ ਸਾਡੀ ਮੰਜ਼ਿਲ ਹੈ। ਜਿਸ ਰਾਹੀ ਨੂੰ ਇਹ ਹੀ ਨਹੀਂ ਪਤਾ ਮੈਂ ਕਿੱਥੇ ਜਾ ਕੇ ਠਹਿਰਨਾ, ਮੇਰੀ ਮੰਜ਼ਿਲ ਕਿਹੜੀ ਹੈ, ਉਹਦਾ ਅਣਜਾਣ ਹੋਇਆ ਨਾ,
ਪਤਾ ਹੀ ਨਹੀਂ ਵੀ ਕਿੱਥੇ ਜਾ ਕੇ ਠਹਿਰਨਾ। ਸਾਡੀ ਜੋ ਮੰਜ਼ਿਲ ਹੈ, ਜਿਸ ਅਵਸਥਾ ਵਿੱਚ ਵੀ ਅਸੀਂ ਬੈਠੇ ਹਾਂ, ਕਾਰੋਬਾਰ ਵਿੱਚ, ਬਾਲ ਬੱਚਿਆਂ ਵਿੱਚ, ਖੇਤੀਆਂ ਵਾਲੀਆਂ, ਨੌਕਰੀਆਂ ਚਾਕਰੀਆਂ, ਕਹੀ ਜੀ ਭਾਵੇਂ ਸਾਡੀ ਮੱਤ ਹੈ, ਦੁਆਇਤ ਵਿੱਚ ਅਸੀਂ ਫਸੇ ਹੋਏ ਹਾਂ, ਵੈਰ ਵਿਰੋਧ 'ਚ ਫਸੇ ਹੋਏ ਹਾਂ, ਲੋਭ ਮੋਹ ਮਾਨ ਸਾਨੂੰ ਤੰਗ ਕਰ ਰਿਹਾ ਹੈ, ਕਿਸੇ ਵਾਸਤੇ ਬੰਦਿਸ਼ ਨਹੀਂ ਹੈ। ਮੰਜ਼ਿਲ ਵੱਲ ਨੂੰ ਜਿਹੜਾ ਤੁਰ ਪਿਆ, ਮੰਜ਼ਿਲ ਤਾਂ ਪ੍ਰਾਪਤ ਹੋਣੀ ਹੈ ਜੇ ਬਿਲਕੁਲ ਸਹੀ ਹੋ ਕੇ ਚੱਲਦਾ ਰਹੇਗਾ, ਨਹੀਂ ਨਹੀਂ ਆਉਂਦੀ। ਸੋ ਮੰਜ਼ਿਲ ਜੋ ਸਾਡੀ ਹੈ ਗੁਰੂ ਗ੍ਰੰਥ ਸਾਹਿਬ ਦੇ, ਸਭ ਤੋਂ ਪਹਿਲਾਂ ਜਿੱਥੇ ਸ਼ੁਰੂ ਹੁੰਦਾ ਮੰਗਲਾਚਰਨ ਤੋਂ ਬਾਅਦ ਜਪ, ਜਿੱਥੇ ਲਿਖਿਆ ਮਹਾਰਾਜ ਨੇ, ਇਹ ਸਾਡੀ ਮੰਜ਼ਿਲ ਹੈ। ਰੋਜ਼ ਜਪਜੀ ਸਾਹਿਬ ਪੜ੍ਹਦੇ ਹਾਂ ਆਪਾਂ, ਆਪਾਂ ਸਧਾਰਨ ਬੰਦੇ ਹਾਂ, ਬੜੇ ਬੜੇ ਪੜ੍ਹੇ ਲਿਖੇ ਹੋਏ, PhD ਡਾਕਟਰੇਟਾਂ ਕੀਤੀਆਂ ਹੋਈਆਂ, ਪ੍ਰੋਫੈਸਰ, ਬੱਚਿਆਂ ਨੂੰ ਪੜ੍ਹਾਉਣ ਵਾਲੇ, ਸਾਡੇ ਹੀ ਆਪਣੇ ਮੈਗਜ਼ੀਨ ਦੇ ਜਿਹੜੇ ਡਾਕਟਰ ਜਗਜੀਤ ਸਿੰਘ ਹੈ, 11 ਸਾਲ ਉਹਨਾਂ ਨੇ ਗੁਰਮੁਖ ਦੀ ਪੜ੍ਹਾਈ ਬੱਚਿਆਂ ਨੂੰ ਕਰਾਈ। ਇੱਧਰ ਮੈਂ ਪੁੱਛ ਬੈਠਿਆ, ਮੈਂ ਡਾਕਟਰ ਸਾਹਿਬ ਤੁਹਾਨੂੰ ਪਤਾ ਆਪਣੀ ਮੰਜ਼ਿਲ ਕਿੱਥੇ ਹੈ? ਕਈ ਗੱਲਾਂ ਉਸਨੇ ਕਰੀਆਂ, ਤੁਹਾਡਾ ਨਾ ਸਹੀ ਨਹੀਂ ਬੋਲਦਾ, ਕਈ ਗੱਲਾਂ ਕਰਨ ਤੋਂ ਬਾਅਦ ਕਹਿਣ ਲੱਗਿਆ ਮੈਨੂੰ ਤਾਂ ਕੁਛ ਸਮਝ ਨਹੀਂ ਆਉਂਦੀ, ਬਸ ਤੁਸੀਂ ਗੁਰਮਤਿ ਦੀ ਪੜ੍ਹਾਈ ਕਰਾਈ ਹੈ 11 ਸਾਲ। ਉਹ ਕਹਿੰਦੇ ਹੋਰ ਪੜ੍ਹਾਈ ਹੈ, ਉਹ ਆਹ ਤੁਹਾਡੇ ਵਾਲੀ ਪੜ੍ਹਾਈ ਨਹੀਂ ਅਸੀਂ ਕਰਾ ਸਕਦੇ। ਮੈਂ ਕਿਹਾ ਗੁਰੂ ਨਾਨਕ ਸਾਹਿਬ ਨੇ ਤਾਂ ਛੁਪਾ ਕੇ ਕੁਛ ਨਹੀਂ ਰੱਖਿਆ, ਉਹਨਾਂ ਨੇ ਸਾਫ਼ ਸਾਫ਼ ਲਿਖ ਦਿੱਤਾ, ਜਿੱਥੇ ਮੂਲ ਮੰਤਰ ਦੱਸਿਆ, ਮੰਗਲਾਚਰਨ ਦੱਸਿਆ ਹੈ, ਉੱਥੇ ਨਾਲੇ ਮਹਾਰਾਜ ਨੇ ਕਹਿਤਾ ਜਪ, ਆਦ ਸੱਚ, ਜੁਗਾਦ ਸੱਚ, ਹੈ ਪੇ ਸੱਚ, ਨਾਨਕ ਹੋ ਸਹੀ ਵੀ ਸੱਚ। ਕਹਿੰਦੇ ਇਹਦੇ ਅਰਥ ਤਾਂ ਮੈਨੂੰ ਆਉਂਦੇ ਨੇ, ਬਸ ਤੁਸੀਂ ਜਾਣੇ ਨੇ, ਬੁੱਝੇ ਨਹੀਂ ਹੈਗੇ। ਜਾਣਨਾ ਔਰ ਬੁੱਝਣ 'ਚ ਫਰਕ ਹੈ। ਇੱਥੋਂ ਅਸੀਂ ਨਕਸ਼ਾ ਦੇਖ ਲਈਏ, ਰੇਲਵੇ ਲਾਈਨਾਂ ਦੇਖ ਲਈਏ, ਸੜਕ ਦਾ ਨਕਸ਼ਾ ਦੇਖ ਲਈਏ, ਦਰਿਆ ਹੁਗਲੀ ਦਾ ਦੇਖ ਲਈਏ, ਕਲਕੱਤੇ ਬਾਰੇ ਕੁਛ ਅਨੁਮਾਨ ਹੋ ਜਾਏਗਾ ਵੀ ਇਹ ਜਿਹਾ ਹੋਏਗਾ। ਬੰਬੇ ਦਾ ਨਕਸ਼ਾ ਦੇਖ ਲਈਏ, ਸਮੁੰਦਰ ਇੱਕ ਪਾਸੇ ਨਜ਼ਰ ਆਏਗਾ, ਵਿੱਚ ਨੂੰ ਸਮੁੰਦਰ ਆਉਂਦਾ ਨਜ਼ਰ ਆਏਗਾ, ਆਬਾਦੀਆਂ ਦਿਸਣਗੀਆਂ, ਪਰ ਬੁੱਝਿਆ ਤਾਂ ਹੈ ਨਹੀਂ ਨਾ, ਬੁੱਝਿਆ ਤਾਂ ਉਹਨੇ ਆ ਜਿਹੜਾ ਬੰਬੇ ਵਿੱਚ ਪਹੁੰਚ ਗਿਆ, ਉਹਨੇ ਜਾਣ ਲਿਆ ਸਭ ਕੁਛ। ਜੇ ਬੁੱਝਦੇ ਨਹੀਂ ਹਾਂ ਅਸੀਂ, ਮਹਾਰਾਜ ਕਹਿੰਦੇ ਪਿਆਰਿਓ ਫਿਰ ਤੁਹਾਡੀ ਤੁਹਾਡਾ ਦਰਜਾ ਮਨੁੱਖ ਦਾ ਵੀ ਨਹੀਂ ਹੈ, ਸਧਾਰਨ ਮਨੁੱਖ ਵੀ ਨਹੀਂ ਹੋ ਤੁਸੀਂ। ਆਪਣਾ ਇਸ ਰਿਸ਼ਤ ਮੈਂ ਬਿਨ ਬੂਝੇ ਫਸਟ ਹੋਰ ਆ ਦੋਏ ਲਾਈਨਾਂ ਨੇ ਵਧਤਾ ਹੈ ਨਹੀਂ, ਆਦ ਸੱਚ, ਜੁਗਾਦ ਸੱਚ, ਹੈ ਪੇ ਸੱਚ, ਨਾਨਕ ਉਸੇ ਵੀ ਸੱਚ। ਜੇ ਤਾਂ ਬੁੱਝ ਲਿਆ ਤਾਂ ਤੁਸੀਂ ਪਰਮੇਸ਼ਰ ਬਣ ਗਏ, ਜੇ ਨਾ ਬੁੱਝਿਆ ਕੇਵਲ ਗਿਆਨੀ ਰਹੇ ਤਾਂ ਮੁਰਦੇ ਹੋਵੋਗੇ, ਕਿਉਂਕਿ ਜਿਸਦੇ ਮਨ ਵਿੱਚ ਨਹੀਂ ਵਸਿਆ ਉਹ ਜਿਉਂਦਿਆਂ 'ਚ ਨਹੀਂ ਹੁੰਦਾ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵਿਆ ਕੋਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਦੇਤਾ ਕੁਛ ਖਾਏ। ਸਿੱਧਾ ਮਤਲਬ ਹੈ, ਸਾਰੇ ਜਾਣਦੇ ਆ ਤੁਸੀਂ ਜਿੰਨੇ ਵੀ ਹੈ, ਕਿਹੜਾ ਬੰਦਾ ਜਿਹੜਾ ਇਹਦਾ ਅਰਥ ਨਹੀਂ ਜਾਣਦਾ, ਪਰ ਅਸਲੀ ਅਰਥ ਨਹੀਂ ਆਉਂਦਾ। ਅਸਲੀ ਅਰਥ ਓਨੀ ਦੇਰ ਤੱਕ ਇਹਦਾ ਸਮਝ ਨਹੀਂ ਆਉਂਦਾ ਜਦ ਜਿੰਨੀ ਦੇਰ ਤੱਕ ਤਤ ਬੇਤੇ ਮਹਾਂਪੁਰਸ਼ ਤੋਂ ਚਾਬੀ ਨਹੀਂ ਲਈ ਜਾਂਦੀ, ਖੁੱਲ੍ਹਦਾ ਨਹੀਂ ਇਹ। ਆਪਣੇ ਆਪ ਰੂਹਾਨੀ ਮਾਰਗ ਕੋਈ ਦੁਨੀਆਂ 'ਚ ਨਹੀਂ ਅੱਜ ਤੱਕ ਆਇਆ ਜਿਹੜਾ ਤੈਅ ਕਰੇ, ਕਿਉਂਕਿ ਮਹਾਰਾਜ ਨੇ ਫਰਮਾਨ ਕਰ ਦਿੱਤਾ, ਜਿਸਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌ ਪਾਈ, ਅਨਕ ਪਾਪ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸ਼ਰਨਾਈ। ਅਸੀਂ ਕਹੇ ਜੀ ਅਸੀਂ ਵੇਦ ਪੜ੍ਹ ਲਾਂਗੇ, ਪੋਥੀਆਂ ਪੜ੍ਹ ਲਾਂਗੇ, ਫਿਲਾਸਫੀਆਂ ਪੜ੍ਹ ਲਾਂਗੇ, ਫਿਰ ਵੀ ਸਾਨੂੰ ਨਹੀਂ ਇਹਦਾ ਅਰਥ ਆਏਗਾ? ਮਹਾਰਾਜ ਕਹਿੰਦੇ ਬਿਲਕੁਲ ਨਹੀਂ, ਸੋਚਿਆ ਸੋਚਣਾ ਹੋ ਬਈ, ਜੇ ਸੋਚੀ ਲੱਖ ਵਾਰ, ਜਿੰਨਾ ਜੀ ਕਰਦਾ ਪੜ੍ਹ ਲੈ, ਅਰਥ ਨਹੀਂ ਸਮਝ ਆਉਂਦਾ, ਕਿਉਂਕਿ ਸਮਝ ਤੋਂ ਪਰੇ ਹੈ ਇਹਦਾ ਅਰਥ।
ਬਾਕੀ ਵੀ ਚੁੱਪ ਕਰ ਰਿਹਾ ਅਤੇ ਭੋਗਾਂ ਦੇ ਵਿੱਚ ਪੈ ਕੇ ਮਨ ਨੂੰ ਰਜਾਉਣ ਦਾ ਯਤਨ ਕਰ ਲੈ ਅਤੇ ਹਜ਼ਾਰਾਂ ਸਿਆਣਪਾਂ ਤੇਰੇ ਕੋਲ ਹੁਣ ਤਰਕਾਂ ਵਿਤਰਕਾਂ ਮਹਾਰਾਜ ਕਹਿੰਦੇ ਬਿਲਕੁਲ ਨਹੀਂ ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਹੁਣ ਇਹਦੇ 'ਚ ਕਿਵ ਸੁਚਿਆਰਾ ਹੋ ਗਈ ਕਿਵ ਕੂੜਾ ਤੁੱਟਾ ਪਾਲ ਦੋ ਗੱਲਾਂ ਆ ਗਈਆਂ ਬਸ ਇਹ ਸੱਚ ਨੂੰ ਜਾਣ ਕੇ ਸੁਚਿਆਰੇ ਕਿਵੇਂ ਹੋਈਏ ਸੁਚਿਆਰਾ ਹੋਣਾ ਵੀ ਰੱਬ ਦਾ ਰੂਪ ਕਿਵੇਂ ਬਣੀਏ ਕਿਉਂਕਿ ਉਹੀ ਸੱਚ ਹੈ ਬਾਕੀ ਸੱਚ ਨਹੀਂ ਹੈ ਇੱਥੇ ਕੋਈ ਚੀਜ਼ ਵੀ ਅਤੇ ਫਿਰ ਇਹ ਕੂੜ ਦੀ ਜਿਹੜੀ ਕੰਧ ਸਾਡੇ ਯਾਰ ਪਰਮੇਸ਼ੁਰ ਦੇ ਵਿਚਾਲੇ ਪੈ ਗਈ ਇਹ ਟੁੱਟੇ ਕਿਵੇਂ ਧੰਨ ਬਿਰਕਾ ਇੱਕ ਹੀ ਸੰਗ ਬਾਦਸ਼ਾਹ ਵਿੱਚ ਹਉਮੈ ਪੀਤ ਕਰਾਰੀ ਕੰਧ ਬੜੀ ਕਰਾਰੀ ਬਣ ਗਈ ਸਾਡੇ ਯਾਰ ਰੱਬ ਦੇ ਵਿੱਚ ਰੱਬ ਨਾਲ ਹੀ ਹੈ ਕੋਈ ਕਿਸੇ ਤੋਂ ਦੂਰ ਨਹੀਂ ਹੈ ਜੇ ਇੱਥੇ ਕਹਿ ਦਿੱਤਾ ਜਾਵੇ ਵੀ ਪਰਮੇਸ਼ੁਰ ਤੋਂ ਬਗੈਰ ਹੋਰ ਹੈ ਨਹੀਂ ਕੁਛ ਵੀ ਇਹ ਵੀ ਠੀਕ ਹੈ ਪਰ ਇਹ ਗੱਲ ਸਮਝ ਨਹੀਂ ਆ ਸਕਦੀ ਜਦ ਤੱਕ ਚਾਬੀ ਨਹੀਂ ਲੱਗਦੀ ਅਕਲ ਦੀ ਤਾਂ ਇਹ ਬਾਤ ਹੀ ਨਹੀਂ ਹੈ ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਉਣਾ ਬੁੱਝਣਾ ਪੈਂਦਾ ਬੁੱਝ ਨਹੀਂ ਹੁੰਦਾ ਪੂਰੇ ਸਤਿਗੁਰੂ ਦੇ ਬਗੈਰ ਕੰਧ ਨਹੀਂ ਟੁੱਟਦੀ ਹਮੈ ਦੀ ਕੂੜ ਦੀ ਕੰਧ ਬੜੇ ਬੜੇ ਜ਼ੋਰ ਲਾ ਕੇ ਸੰਸਾਰ ਤੋਂ ਚਲੇ ਗਏ ਸੋ ਇਹ ਚੀਜ਼ ਸਾਨੂੰ ਸਮਝਣੀ ਪੈਣੀ ਹੈ ਸਾਧ ਸਿੰਘ ਜੀ ਗੁਰਬਾਣੀ ਮਹਾਂਪੁਰਸ਼ ਬਿਲਕੁਲ ਸਾਫ਼ ਸੁਥਰੀਆਂ ਗੱਲਾਂ ਕਰਦੇ ਨੇ ਲਿਖੋ ਕੇ ਨਹੀਂ ਰੱਖਦੇ ਕੋਈ ਗੱਲ ਵੀ ਆਹ ਛਪੀ ਹੋਈ ਹੈ ਜੀ ਇਹ ਤਾਂ ਖਾਸ ਬੰਦੇ ਨੂੰ ਦੱਸਣੀ ਹੈ ਉਹ ਤਾਂ ਸਾਰਿਆਂ ਦੇ ਸਾਹਮਣੇ ਦੱਸਦੇ ਨੇ ਲੇਕਿਨ ਉਹਨੂੰ ਫੜ ਨਹੀਂ ਸਕਦਾ ਹਰ ਬੰਦਾ ਖਾਸ ਬੰਦਾ ਹੀ ਫੜੇਗਾ ਮਹਾਂਪੁਰਸ਼ ਨਹੀਂ ਛਪਾਉਂਦੇ ਜੇ ਛਪਾਉਣਾ ਹੁੰਦਾ ਗੁਰੂ ਸਾਹਿਬ ਛਪਾ ਲੈਂਦੇ ਉਹਨਾਂ ਨੇ ਪਹਿਲਾਂ ਹੀ ਜਿੱਥੇ ਸ਼ੁਰੂ ਹੁੰਦਾ ਸਭ ਕੁਛ ਉੱਥੇ ਹੀ ਇਹ ਕਹਿਤਾ ਵੀ ਜਦ ਆਦ ਕੁਛ ਵੀ ਨਹੀਂ ਸੀ ਉਸ ਵੇਲੇ ਵੀ ਉਹ ਸੱਚ ਸੀਗਾ ਵਾਹਿਗੁਰੂ ਸੀ ਜਦ ਟਾਈਮ ਐਂਡ ਸਪੇਸ ਬਣੀ ਉਸ ਵੇਲੇ ਵੀ ਵਾਹਿਗੁਰੂ ਆਪ ਹੀ ਸੀਗਾ ਹੁਣ ਜਦ ਰਚਨਾ ਰਚੀ ਗਈ ਇੱਥੇ ਪੈ ਗਿਆ ਭੁਲੇਖਾ ਭੁਲੇਖਾ ਇਹ ਪੈ ਗਿਆ ਬਹੁਤ ਸਾਰੇ ਵਿਚਾਰਵਾਨਾਂ ਨੇ ਕਿਹਾ ਵੀ ਨਹੀਂ ਵਾਹਿਗੁਰੂ ਨਹੀਂ ਹੈ ਉਹਦੇ ਨਾਲ ਮਾਇਆ ਵੀ ਹੈਗੀ ਪ੍ਰਕਿਰਤੀ ਵੀ ਉਹਦੇ ਨਾਲ ਹੈਗੀ ਮਾਇਆ ਕਹਿੰਦੇ ਨੇ ਇਹਨੂੰ ਕਈਆਂ ਨੇ ਤਾਂ ਇਹ ਲਿਖ ਦਿੱਤਾ ਵੀ ਅਗਿਆਨ ਛੁਪਿਆ ਹੋਇਆ ਸੀਗਾ ਸੀਗਾ ਈਸ਼ਵਰ ਦੇ ਨਾਲ ਇਹ ਮਹਾਰਾਜ ਕਹਿੰਦੇ ਬਿਲਕੁਲ ਗਲਤ ਉੱਥੇ ਕੁਛ ਵੀ ਨਹੀਂ ਸੀ ਉੱਥੇ ਆਪੇ ਆਪ ਸੀ ਉਹਦੇ ਵਿੱਚ ਦੂਏ ਦੀ ਗੁਜਾਇਸ਼ ਨਹੀਂ ਸੀਗੀ ਕਹਿੰਦੇ ਹੁਣ ਜਿਹੜਾ ਕੁਛ ਤੁਸੀਂ ਦੇਖਦੇ ਹੋ ਇਹ ਇੱਕ ਭਰਮ ਹੈ ਭਰਮ ਪੈ ਗਿਆ ਕਿਉਂ ਪੈ ਗਿਆ ਪਰ ਸਿੱਧਾ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਗੁਰੂ ਨਾਨਕ ਨੇ ਹੇ ਗੁਰੂ ਨਾਨਕ ਤੇਰਾ ਸਿਧਾਂਤ ਮੈਂ ਸੁਣਿਆ ਪਰ ਮੇਰਾ ਮਨ ਨਹੀਂ ਬਣਦਾ ਇਸ ਚੀਜ਼ ਨੂੰ ਮੈਨੂੰ ਐਂ ਦੱਸ ਰੱਬ ਦੇ ਵਿੱਚ ਦੁੱਖ ਵੀ ਹੈ ਕਹਿੰਦੇ ਨਹੀਂ ਰੱਬ ਦੇ ਵਿੱਚ ਗਿਆਨ ਵੀ ਹੈ ਕਹਿੰਦੇ ਨਹੀਂ ਕਹਿੰਦੇ ਵਾਹਿਗੁਰੂ ਦੇ ਵਿੱਚ ਪਰੇਸ਼ਾਨੀਆਂ ਵੀ ਹੈ ਕਹਿੰਦੇ ਨਹੀਂ ਫਿਰ ਮੈਨੂੰ ਐਂ ਦੱਸ ਵੀ ਇਹ ਸੰਸਾਰ ਕਿੱਥੋਂ ਬਣ ਗਿਆ ਦੁੱਖਾਂ ਦਾ ਘਰ ਇਹਦੇ ਬਾਰੇ ਤੁਸੀਂ ਆਪ ਇਹ ਕਹਿੰਦੇ ਹੋ ਇਹ ਕਿੱਥੋਂ ਬਣ ਗਿਆ ਦੁੱਖਾਂ ਦਾ ਘਰ ਤੁਸੀਂ ਮੰਨ ਲਓ ਕਿ ਰੱਬ ਦੇ ਨਾਲ ਪ੍ਰਕਿਰਤੀ ਸੀ ਮਾਇਆ ਸੀ ਮਾਇਆ ਨੇ ਆਪਣੀ ਰਚਨਾ ਰਲ ਕੇ ਰੱਬ ਨੇ ਮਾਇਆ ਨਾਲ ਰਚਨਾ ਰਚੀ ਹੈ ਮਹਾਰਾਜ ਕਹਿੰਦੇ ਨਹੀਂ ਪਿਆਰਿਓ ਉਹ ਆਪੇ ਹੀ ਆਪ ਹੈ ਉਹਨੂੰ ਕਿਸੇ ਰਚਨਾ ਦੀ ਲੋੜ ਕਿਸੇ ਦੀ ਲੋੜ ਨਹੀਂ ਹੈ ਕਿਸੇ ਦੀ ਮਦਦ ਦੀ ਆਪ ਹੀ ਨਾ ਆਪ ਸਾਜੋ ਆਪ ਹੀ ਨਾ ਰਚਿਓ ਨਾ ਵਾਹਿਗੁਰੂ ਜੀ ਨੇ ਆਪਣੇ ਆਪ ਨੂੰ ਆਪੇ ਹੀ ਸਾਜ ਕੇ ਇੱਕ ਹੀ ਓਂਕਾਰ ਦੇ ਵਿੱਚ ਪ੍ਰਗਟ ਕੀਤਾ ਏਕ ਓਂਕਾਰ ਭਾਈ ਗੁਰਦਾਸ ਜੀ ਲਿਖਦੇ ਹੈ ਨਿਰੰਕਾਰ ਆਕਾਰ ਹੋਏ ਏਕ ਓਂਕਾਰ ਅਪਾਰ ਸਦਾਇਆ ਪਾਰਾ ਪਾਰ ਤੋਂ ਰਹਿਤ ਉਹੀ ਨਿਰੰਕਾਰ ਏਕ ਓਂਕਾਰ ਦੇ ਰੂਪ ਵਿੱਚ ਪ੍ਰਗਟ ਹੋਇਆ ਏਕ ਓਂਕਾਰ ਕਿਰਿਆਸ਼ੀਲ ਹੈ ਬਹੁਤ ਸਾਰੇ ਮਤ ਹੈ ਕਿ ਰੱਬ ਕਰਤਾ ਹੈ ਉਹ ਕੁਛ ਨਹੀਂ ਕਰਦਾ ਉਹਨਾਂ ਨੂੰ ਲੋੜ ਹੋਣੀ ਹੈ ਸਾਨੂੰ ਨਹੀਂ ਸਾਡੇ ਗੁਰੂ ਕਹਿੰਦੇ ਨੇ ਉਹ ਕਰਤਾ ਹੈ ਕਰਤਾ ਨਹੀਂ ਹੈ ਸਭ ਕੁਛ ਬਣਾਉਣ ਵਾਲਾ ਫਿਰ ਪੁਰਖ ਹੈ ਹਰੇਕ ਦੇ ਵਿੱਚ ਸਮਾਇਆ ਹੋਇਆ ਮਹਾਰਾਜ ਕਹਿੰਦੇ ਗੋਰਖਨਾਥ ਮਾਇਆ ਦੀ ਨਹੀਂ ਲੋੜ ਪਰਮੇਸ਼ਰ ਨੂੰ
ਇਹ ਤਾਂ ਉਹਨੇ ਆਪੇ ਹੀ ਸਾਜਤਾ, ਜਿਵੇਂ ਨਾਮ ਸ਼ਕਤੀ ਸਾਜਤੀ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਏਕ ਅੰਕਾਰੋਂ ਸ਼ਬਦ ਧੁਨ, ਏਕ ਅੰਕਾਰੋਂ ਦੇਵ ਸ਼ਬਦ ਦੀ ਧੁਨ ਉੱਠੀ, ਉਹਨੂੰ ਨਹੀਂ ਅਸੀਂ ਜਾਣ ਸਕਦੇ, ਕਿਉਂਕਿ ਸਾਡਾ ਸਰੀਰ ਪ੍ਰਕਿਰਤੀ ਦਾ ਬਣਿਆ ਹੋਇਆ, ਸਾਡੀ ਬੁੱਧੀ ਅਤੇ ਸਾਡੀ ਹੋਸ਼ ਪ੍ਰਕਿਰਤਕ ਹੱਦਾਂ ਤੋਂ ਉੱਪਰ ਨਹੀਂ ਜਾ ਸਕਦੀ। ਜੇ ਅਸੀਂ ਗੱਲ ਸਮਝਾਂਗੇ ਤਾਂ ਇਸੇ ਹਿਸਾਬ ਨਾਲ, ਜੈਸੀ ਮਤ ਦੇ ਤੈਸਾ ਪ੍ਰਕਾਸ਼, ਜੇ ਜੀ ਸਾਨੂੰ ਮਤ ਦਿੱਤੀ ਹੈ ਉਹ ਜਿਹਾ ਪ੍ਰਕਾਸ਼ ਸਾਡੇ ਹੋਏਗਾ, ਸਮਝਣ ਦਾ ਯਤਨ ਕਰਾਂਗੇ। ਪਰ ਇੱਥੇ ਅਕਲ ਪਹੁੰਚਦੀ ਨਹੀਂ ਹੈ। ਭਾਈ ਵੀਰ ਸਿੰਘ ਜੀ ਲਿਖਦੇ ਨੇ, ਜਿਹਨਾਂ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਬੈਠੀ, ਉਹਨਾਂ ਉਚਾਈਆਂ ਉੱਤੇ ਲੱਗ ਗਈਆਂ ਯਾਰੀਆਂ। ਗਿਆਨੀ ਸਾਨੂੰ ਹੋੜਦਾ ਏ, ਵਹਿਮੀ ਢੋਲਾ ਆਖਦਾ ਏ, ਮਾਰੇ ਗਏ ਜਿਹਨਾਂ ਬੁੱਧੀ ਪਾਰ ਲਾਈਆਂ ਯਾਰੀਆਂ। ਜਿਹਨੇ ਆਤਮ ਮੰਡਲ ਦੇ ਵਿੱਚ ਪ੍ਰਵੇਸ਼ ਕਰ ਲਿਆ ਉਹਨੂੰ ਇਹ ਗੱਲ ਸਮਝ ਆਉਂਦੀ ਹੈ, ਹੋਰ ਸਮਝ ਨਹੀਂ ਸਕਦਾ। ਪ੍ਰੋਬਲਮ ਹੈ ਸਾਡੇ ਸਾਹਮਣੇ ਬੜਾ ਭਾਰਾ, ਗੱਲ ਬਿਲਕੁਲ ਸਾਹਮਣੇ ਹੈ ਲੇਕਿਨ ਸਾਡੀ ਸਮਝ ਤੋਂ ਬਾਹਰ ਹੈ। ਉਹ ਜਵਾਬ ਦਿੰਦੇ ਨੇ, ਕਹਿੰਦੇ ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਬਲਬਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ, ਬੈਠ ਤੂੰ ਇੱਥੇ, ਤੈਨੂੰ ਉੱਥੇ ਦੀ ਪਹੁੰਚ ਨਹੀਂ ਹੈ। ਸੋ ਜਿਹਨਾਂ ਦੀ ਉੱਥੇ ਪਹੁੰਚ ਹੈ ਉਹਨਾਂ ਨੂੰ ਪਤਾ ਵੀ ਦਿਵ ਸ਼ਬਦ ਕਿਹੜਾ ਹੁੰਦਾ। ਅਸੀਂ ਤਾਂ ਸ਼ਬਦ ਦੇ ਬੜੇ ਮਹਿਨੇ ਨੇ, ਹੁਣ ਮੈਂ ਬੋਲਦਾ ਇਹ ਸ਼ਬਦ ਹੋ ਰਿਹਾ, ਜਾਂ ਬਾਜਾ ਵੱਜਦਾ ਉਹ ਬਾਜੇ ਦਾ ਸ਼ਬਦ ਹੋ ਰਿਹਾ, ਜੇ ਮੈਂ ਤਾਲੀ ਮਾਰ ਦੇਵਾਂ ਉਹ ਤਾਲੀ ਦਾ ਸ਼ਬਦ ਹੈ। ਇਹ ਸਾਰੇ ਪ੍ਰਕਿਰਤਕ ਸ਼ਬਦ ਨੇ, ਇਹ ਉਹ ਸ਼ਬਦ ਨਹੀਂ ਹੈ ਜਿਸ ਦੇ ਬਾਰੇ ਗੁਰੂ ਮਹਾਰਾਜ ਕਹਿੰਦੇ ਨੇ ਕਿ ਬਿਨ ਸ਼ਬਦੇ ਅੰਤਰ ਹਨੇਰਾ, ਨਾ ਬਸ ਲਏ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਤਦਰ ਖੁੱਲ੍ਹੇ ਨਾਹੀਂ, ਗੁਰ ਪੂਰੇ ਭਾਗ ਮਿਲਾਵਣਿਆ। ਇਹ ਸ਼ਬਦ ਉਹ ਸ਼ਬਦ ਨਹੀਂ ਹੈ, ਇਹਨਾਂ ਸਾਰੇ ਸ਼ਬਦਾਂ ਤੋਂ ਸ੍ਰੇਸ਼ਟ ਹੈ ਗੁਰੂ ਦਾ ਸ਼ਬਦ। ਗੁਰੂ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਹੈ, ਅਤੇ ਇਹਦਾ ਸਾਰ ਜਿਹੜਾ ਹੈ ਉਹ ਮੂਲ ਮੰਤਰ ਹੈ, ਉਹਦਾ ਵੀ ਜਿਹੜਾ ਸਾਰ ਹੈ ਉਹ ਮੰਤਰ ਹੈ, ਜਿਹੜੇ ਪੰਜ ਪਿਆਰੇ ਅੰਮ੍ਰਿਤ ਛਕਾਉਣ ਵੇਲੇ ਦਿਆ ਕਰਦੇ ਨੇ, ਵਾਹਿਗੁਰੂ ਮੰਤਰ। ਲੇਕਿਨ ਜਿਹੜਾ ਅਕਾਲ ਪੁਰਖ ਦਾ ਸ਼ਬਦ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ, ਉਹ ਸ਼ਬਦ ਬੁੱਝਣਾ ਪੈਂਦਾ, ਉਹਦੇ ਅੱਖਰਾਂ ਵਿੱਚ ਨਹੀਂ ਆਉਂਦਾ, ਉਹਦੀ ਨਾਂ ਨਕਲ ਕਰਕੇ ਦੱਸਿਆ ਜਾ ਸਕਦਾ। ਲੇਕਿਨ ਸਿਆਣਿਆਂ ਨੇ ਉਹਨੂੰ ਓਂਕਾਰ ਇਸ ਤਰ੍ਹਾਂ ਦੇ ਨਾਲ ਸਾਨੂੰ ਸਮਝਾਉਣ ਵਾਸਤੇ ਦੱਸ ਦਿੱਤਾ ਹੈ, ਲੇਕਿਨ ਉਹ ਸ਼ਬਦ ਇਸ ਤੋਂ ਵੀ ਵਿਲੱਖਣ ਹੈ। ਉਸੇ ਸ਼ਬਦ ਨੂੰ ਬ੍ਰਹਮ ਕਹਿੰਦੇ ਨੇ, ਉਸੇ ਨੂੰ ਗੁਰੂ ਕਹਿੰਦੇ ਨੇ। ਸ਼ਬਦ ਗੁਰੂ ਸੁਰਤ ਤੁਨ ਚੇਲਾ, ਸ਼ਬਦਾਂ ਜੇ ਅਸੀਂ ਲਈਏ ਗੁਰੂ ਨਾਨਕ ਸਾਹਿਬ ਤੋਂ ਬਾਣੀ ਆ ਰਹੀ ਹੈ। ਗੁਰੂ ਨਾਨਕ ਸਾਹਿਬ ਇਸ ਦੀ ਗੱਲ ਨਹੀਂ ਕਰ ਰਹੇ, ਗੁਰੂ ਨਾਨਕ ਸਾਹਿਬ ਉਸ ਸ਼ਬਦ ਦੀ ਗੱਲ ਕਰ ਰਹੇ ਨੇ ਜੋ ਸਾਰੇ ਪਰਿਪੂਰਨ ਹੈ, ਉਹਨੂੰ ਸ਼ਬਦ ਬ੍ਰਹਮ ਆਖਦੇ ਨੇ। ਆਦੰਤ ਏਕਾ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ। ਪਰ ਸਾਨੂੰ ਇਸ ਸ਼ਬਦ ਤੱਕ ਪਹੁੰਚਣ ਵਾਸਤੇ ਤਤਵੇ ਅਤੇ ਮਹਾਂਪੁਰਸ਼ ਦੀ ਮਦਦ ਲੈਣੀ ਪਏਗੀ, ਗੁਰੂ ਧਾਰਨਾ ਪਏਗਾ। ਗੁਰੂ ਘਰ ਦੇ ਅੰਦਰ ਦੀ ਮਰਿਆਦਾ ਦੇ ਅਨੁਸਾਰ ਪੰਜ ਪਿਆਰਿਆਂ ਤੋਂ ਅੰਮ੍ਰਿਤ ਛੱਕ ਕੇ ਮੰਤਰ ਹਾਸਲ ਕਰਨਾ ਪਏਗਾ। ਉਸ ਮੰਤਰ ਦਾ ਜਾਪ ਕਰਕੇ ਹੌਲੀ ਹੌਲੀ ਮਹਾਂਪੁਰਸ਼ਾਂ ਦੀ ਸੰਗਤ ਦੇ ਵਿੱਚ ਕੁਝ ਸੋਝੀ ਆਉਂਦੀ ਜਾਏਗੀ, ਥੋੜ੍ਹੀ ਬਹੁਤੀ। ਜਦ ਸੋਝੀ ਆ ਗਈ ਫਿਰ ਸ਼ਬਦ ਬ੍ਰਹਮ ਦਾ ਗਿਆਨ ਹੋ ਗਿਆ। ਜਦ ਸ਼ਬਦ ਬ੍ਰਹਮ ਦਾ ਗਿਆਨ ਹੋਇਆ, ਮੈਂ ਮਰ ਗਈ ਮੈਂ ਰਿਹਾ ਹੀ ਨਾ, ਗੋਰਖਨਾਥ ਨੂੰ ਕਹਿਣ ਲੱਗੇ, ਗੋਰਖਨਾਥ ਪਰਮੇਸ਼ੁਰ ਤੋਂ ਬਿਨਾਂ ਹੋਰ ਕੋਈ ਨਹੀਂ ਹੈ, ਆਪੇ ਹੀ ਆਪ ਹੈ। ਕਹਿੰਦਾ ਹੇ ਨਾਨਕ, ਫਿਰ ਮੈਨੂੰ ਮੁਲਕ ਦੀ ਗੱਲ ਦੱਸ, ਸੰਸਾਰ ਕਿਵੇਂ ਬਣ ਗਿਆ ਅਤੇ ਦੁੱਖ ਕਿੱਥੋਂ ਆ ਗਿਆ? ਕਿਉਂਕਿ ਦੁੱਖ ਪਰਮੇਸ਼ੁਰ ਵਿੱਚ ਨਹੀਂ ਹੈ ਅਤੇ ਸੰਸਾਰ ਪਰਮੇਸ਼ੁਰ ਵਿੱਚ ਨਹੀਂ ਹੈ। ਤੂੰ ਕਹਿੰਦਾ ਇੱਕੋ ਹੀ ਹੈ, ਦੂਜਾ ਇੱਥੇ ਹੈ ਕੋਈ ਨਹੀਂ, ਫਿਰ ਇਹ ਚੀਜ਼ਾਂ ਕਿੱਥੋਂ ਆ ਗਈਆਂ? ਮਹਾਰਾਜ ਕਹਿੰਦੇ ਗੋਰਖਨਾਥ, ਪ੍ਰਭੂ ਨੇ ਹਉਮੈ ਤਤ ਪਾਤਾ, ਸਾਡੀ ਹੋਸ਼ ਨੂੰ ਪਤਾ ਲੱਗ ਗਿਆ ਕਿ ਮੈਂ ਹਾਂ, ਮੈਂ ਦੇ ਨਾਲ ਲੱਗ ਗਿਆ ਪਤਾ ਮੇਰਾ ਹੈ। ਇਹ ਜਿਹੜਾ ਮੈਂ ਅਤੇ ਮੇਰੇ ਦਾ ਗਿਆਨ ਹੈ ਇਹਨੂੰ ਹਉਮੈ ਕਹਿੰਦੇ ਨੇ, ਹਉਮੈ ਭਗਵਾਨ ਨਹੀਂ ਹੋਇਆ ਕਰਦਾ। ਉਹ ਮੈਂ ਅਤੇ ਮੇਰੇ ਦੇ ਗਿਆਨ ਨੇ ਇਹਨੂੰ
ਛੋਟਾ ਕਰਕੇ ਜੀਵ ਬਣਾਤਾ, ਘਿਰ ਗਿਆ ਹਉਮੈ ਦੇ ਅੰਦਰ। ਹੁਣ ਜਦ ਤੱਕ ਹਉਮੈ ਤੋਂ ਛੁਟਕਾਰਾ ਨਹੀਂ ਹੁੰਦਾ, ਇਹਦੀ ਕਲਿਆਣ ਨਹੀਂ ਹੁੰਦੀ, ਜਦ ਤੱਕ ਇਹ ਕਹਿੰਦਾ ਬਈ ਮੈਂ ਆ ਮੇਰਾ, ਮਹਾਰਾਜ ਕਹਿੰਦੇ ਕੁਛ ਵੀ ਨਹੀਂ ਬਣਦਾ ਤੇਰਾ। ਤੇ ਗੋਰਖਨਾਥ ਹਉਮੈ ਦੇ ਆਉਣ ਨਾਲ ਨਾਮ ਭੁੱਲਿਆ ਹੈ। ਨਾਮ ਜਿਹੜਾ ਭੁੱਲ ਜਾਏਗਾ ਉੱਥੇ ਦੁੱਖ ਆਉਣਗੇ ਸਾਰੇ, ਹਮੇਸ਼ਾ ਹੀ ਦੁੱਖ ਬਾਹਰੋਂ ਨਹੀਂ ਆਏ, ਦੁੱਖ ਨਾਮ ਨੂੰ ਭੁੱਲਣ ਚ ਆਏ। ਸਵਾਲਾਂ ਨੇ ਕਰਿਆ ਕਿਤੇ ਕਿਤੇ ਵਿਧ ਜਗ ਉਪਜੇ ਪੁਰਖਾ, ਕਿਤੇ ਕਿਤੇ ਵਿਧ ਦੁੱਖ ਜਗ ਬਿਨ ਦੁੱਖ ਬਿਨ ਸਜਾਈ। ਸੰਸਾਰ ਕਿਵੇਂ ਬਣਿਆ ਅਤੇ ਦੁੱਖ ਦਾ ਖਾਤਮਾ ਕਿਵੇਂ ਹੋਵੇ? ਮਹਾਰਾਜ ਕਹਿੰਦੇ ਹਉਮੈ ਵਿੱਚ ਜਗ ਉਪਜੇ ਪੁਰਖਾ, ਨਾਮ ਵਿਸਰਿਆ ਦੁੱਖ ਪਾਈ। ਜਿੰਨੇ ਸੰਸਾਰ ਦੇ ਅੰਦਰ ਦੁੱਖ ਨੇ, ਮਹਾਰਾਜ ਕਹਿੰਦੇ ਦੁੱਖ ਤਦੇ ਜਾਂ ਵਿਸਰ ਜਾਵੇ, ਵਿਸਰੇ ਤਾਂ ਦੁੱਖ ਨੇ, ਜਦ ਉਹ ਯਾਦ ਵਿੱਚ ਸਮਾ ਜਾਵੇ ਫਿਰ ਸਾਰੇ ਹੀ ਸੁੱਖ ਨੇ। ਹੁਣ ਉਹ ਵਿਸਰਿਆ ਹੋਇਆ ਦੁੱਖ ਪੈਦਾ ਹੁੰਦਾ ਜਿਹਦੇ ਨਾਮ ਕੀ ਹੈ, ਨਾਮ ਉਹ ਅਨੁਭਵ ਹੈ ਜਿੱਥੇ ਇੱਕ ਸਕਿੰਡ ਵਾਸਤੇ ਵੀ ਅਗਿਆਨ ਦਾ ਪਰਛਾਵਾਂ ਨਹੀਂ ਪੈਂਦਾ। ਉਹ ਚਾਹੇ ਸੁੱਤਾ ਹੈ ਚਾਹੇ ਜਾਗਦਾ, ਉਹਨੂੰ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਨਜ਼ਰ ਆਉਂਦਾ ਨਹੀਂ, ਕਿਉਂਕਿ ਉਹਦਾ ਭਰਮ ਟੁੱਟ ਗਿਆ, ਸੰਸਾਰ ਟੁੱਟ ਗਿਆ। ਸੋ ਇਹ ਸਾਡਾ ਸਾਧ ਸਿੰਘ ਜੀ, ਜੇ ਇਹ ਸਮਝ 'ਚ ਆ ਜਾਵੇ ਨਾ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਉਸੇ ਵੀ ਸੱਚ, ਫਿਰ ਕੀ ਹੁੰਦਾ, ਮੈਂ ਮਰਦਾ ਸਭ ਤੋਂ ਪਹਿਲਾਂ, ਜਦ ਹੈ ਹੀ ਵਾਹਿਗੁਰੂ ਫਿਰ ਮੈਂ ਕਿੱਥੋਂ ਆ ਗਿਆ। ਇਹ ਗੱਲ ਨੂੰ ਸਮਝਾਉਣ ਵਾਸਤੇ ਜਪਜੀ ਸਾਹਿਬ ਦੀ ਰਚਨਾ, ਜਪਜੀ ਸਾਹਿਬ ਨੂੰ ਸਮਝਾਉਣ ਵਾਸਤੇ 1430 ਪੰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਹੁਤ ਡਿਟੇਲ ਨਾਲ ਲਿਖਿਆ ਹੋਇਆ। ਇਹਨੂੰ ਸਾਧੂ ਮਹਾਤਮਾ ਮਹਾਂਪੁਰਸ਼ ਤੱਤ ਇੱਥੇ ਸਮਝਾਉਂਦੇ ਫਿਰਦੇ ਨੇ ਵੀ ਦੁਆਇਤ ਦੇ ਵਿੱਚੋਂ ਨਿਕਲ ਜਾਏ, ਅਤੇ ਪਰਮੇਸ਼ਰ ਬਿਨਾਂ ਕੋਈ ਹੈ ਨਹੀਂ। ਪਹਿਲਿਆਂ ਨੇ ਗਲਤੀ ਖਾਧੀ, ਨਿਕਲੇ ਹੈ ਨਾ, ਲੇਕਿਨ ਉੱਥੇ ਹੀ ਕਹਿਦਾ ਅਹਮ ਬਰਮ ਅਸਮੀ, ਮੈਂ ਹੀ ਬਰਮ ਹਾਂ, ਮੈਂ ਹੀ ਖੁਦਾ ਹਾਂ। ਲੇਕਿਨ ਸੀਗੇ ਜੀਵ, ਜੀਵ ਹੁੰਦੇ ਹੋਏ ਕਲੇਮ ਕਰ ਲਿਆ। ਇੱਕ ਮੰਗਦਾ ਸੜਕ 'ਤੇ ਬੈਠਾ, ਭੁੱਖਾ ਨੰਗਾ, ਪੈਸਾ ਪੈਸਾ ਮੰਗਦਾ, ਕਹਿੰਦਾ ਮੈਂ ਤਾਂ ਬਾਦਸ਼ਾਹ ਦੇਸ਼ ਦਾ। ਤਾਂ ਇਹਦਾ ਮਤਲਬ ਇਹ ਹੋ ਗਿਆ ਕਿ ਉਹਦਾ ਦਿਮਾਗ ਖਰਾਬ ਹੈ, ਦਿਮਾਗ ਦੇ ਵਿੱਚ ਕਸਰ ਹੈ ਕੋਈ। ਇੱਕ ਵਾਰੀ ਮੈਂ ਇੱਥੇ ਚਲੇ ਗਿਆ ਇੱਕ ਰਿਸ਼ਤੇਦਾਰੀ 'ਚ, ਉੱਥੇ ਇੱਕ ਪ੍ਰੇਮੀ ਸੀ, ਉਹ ਤਾਂਗਾ ਲੈ ਕੇ ਆਉਂਦਾ ਹੁੰਦਾ ਜਾਂ ਮੈਂ ਜਾਣਾ। ਮੇਰੇ ਮਨ 'ਚ ਆਇਆ ਵੀ ਉਹ ਵਿਚਾਰਾ ਬਚਪਨ ਦੇ ਵਿੱਚ ਤਾਂਗਾ ਲੈ ਕੇ ਇੱਕੋ ਸਵਾਰੀ ਲੈ ਕੇ ਤੁਰ ਪੈਂਦਾ ਸੀ, ਉਹਨੂੰ ਮਿਲ ਕੇ ਆਈਏ ਗਾਹਾਂ। ਮੈਂ ਗਿਆ ਤਾਂ ਹਾਕ ਮਾਰੀ ਉਹਨੇ, ਉਹ ਜਦ ਮੈਂ ਨੇੜੇ ਜਾਣ ਲੱਗਿਆ, ਕਿਸੇ ਨੇ ਪਿੱਛੋਂ ਹਾਕ ਮਾਰੀ ਵੀ ਨੇੜੇ ਨਾ ਜਾਈਏ, ਕਮਲਾ ਹੋਇਆ ਹੋਇਆ ਜਫਾ ਨਾ ਪਾ ਲੇ। ਖਿੜਕੀ 'ਚ ਖੜ ਗਿਆ ਮੈਂ, ਇਹਨੇ ਨੂੰ ਕਹਿਣ ਲੱਗਿਆ, ਸੋਫੇ ਪਏ ਨੇ, ਲੱਕੜਾਂ ਪਈਆਂ ਸੀ, ਕਹਿੰਦਾ ਸੋਫੇ ਸੈੱਟ ਪਏ ਨੇ, ਇਹਨਾਂ 'ਤੇ ਬਹਿ ਜਾ ਤੂੰ। ਉਹ ਕੋਲ ਥੇ ਸੀ, ਉਹ ਥੇ ਦੇ ਵਿੱਚੋਂ ਕੋਈ ਗੱਡਾ ਭਰਨ ਲੱਗ ਗਿਆ, ਉੱਥੇ ਹੀ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੇ। ਤੁਸੀਂ ਕਹਿੰਦਾ ਮੇਰਾ ਕਿਲਾ ਢਾ ਰਹੇ ਹੋ, ਮੇਰੀਆਂ ਰਾਣੀਆਂ ਅੰਦਰ ਨੇ, ਮੇਰਾ ਸਮਾਨ ਅੰਦਰ, ਮੇਰੀਆਂ ਫੌਜਾਂ ਨੇ, ਮੈਂ ਹੁਕਮ ਕਰ ਦੇਣਾ ਹੁਣੇ ਫੌਜਾਂ ਨੂੰ। ਉਹ ਕੋਈ ਬਣਾਵਟ ਨਹੀਂ ਸੀ ਕਰ ਰਿਹਾ, ਉਹ ਸੱਚਮੁੱਚ ਉਹਦੇ ਬ੍ਰੇਨ ਦੇ ਵਿੱਚ ਕੋਈ ਨੁਕਸ ਪੈ ਕੇ ਇਸ ਤਰ੍ਹਾਂ ਦਾ ਭਰਮ ਪੈ ਗਿਆ ਸੀ ਮੈਂ ਰਾਜਾ, ਪਰ ਉਹ ਰਾਜਾ ਹੈ ਨਹੀਂ ਸੀ। ਇਸੇ ਤਰ੍ਹਾਂ ਦੇ ਨਾਲ ਅਸੀਂ ਹਾਂ ਤਾਂ ਆਤਮ ਸ਼ਹਿਜਾਦੇ ਵਾਹਿਗੁਰੂ ਜੀ ਵਰਗੇ, ਪਰ ਸਾਨੂੰ ਭਰਮ ਪੈਣ ਕਰਕੇ ਅਸੀਂ ਜੀਵ ਬਣ ਗਏ। ਜੀਵ 'ਤੇ ਵੀ ਜੇ ਰਹਿ ਜਾਂਦੇ ਤਾਂ ਵੀ ਚੰਗਾ ਹੁੰਦਾ ਸੀ, ਉੱਥੋਂ ਜਿਉਂ ਥੱਲੇ ਤਿਰ ਕੇ ਪੰਜ ਤੱਤਾਂ ਦੀ ਦੇਹ ਬਣ ਗਏ। ਹੁਣ ਨਹੀਂ ਸਾਨੂੰ ਸਮਝ 'ਚ ਆਉਂਦਾ ਕੋਈ ਗੱਲ, ਉਸੇ ਵਾਸਤੇ ਸੰਤ ਤੁਰੇ ਫਿਰਦੇ ਨੇ, ਕੀਰਤਨ ਕਰ, ਸੰਤਾਂ ਨੇ ਲੈਣਾ ਦੇਣਾ ਕੁਛ ਨਹੀਂ ਹੁੰਦਾ ਕਿਸੇ ਤੋਂ, ਉਹਦਾ ਡਿਊਟੀ ਲੱਗੀ ਹੁੰਦੀ ਹੈ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੇ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਸੰਤਾਂ ਨੇ ਅਨੁਭਵ ਉਜਾਗਰ ਕਰਨਾ ਉਹਨਾਂ ਪ੍ਰੇਮੀਆਂ ਨੂੰ ਜਿਨ੍ਹਾਂ ਦੇ ਭਾਗ ਜਾ ਕੇ ਹੁੰਦੇ, ਪਰ ਇਹ ਹੁੰਦਾ ਨਹੀਂ ਹੈ ਜਦ ਤੱਕ ਸਮਰੱਥ ਮਹਾਂਪੁਰਸ਼ ਨਾ ਮਿਲ ਜਾਏ। ਮਹਾਰਾਜ ਜੀ ਬਹੁਤ ਢੰਗ ਦੇ ਨਾਲ, ਬਹੁਤ ਵਿਆਖਿਆ ਦੇ ਨਾਲ ਇਹਨਾਂ ਬਚਨਾਂ ਬਾਰੇ ਖੋਲ੍ਹ ਕੇ ਦੱਸਿਆ ਕਰਦੇ ਸੀ।
ਸੰਤ ਮੇਵਾ ਸਿੰਘ ਬੈਠੇ ਨੇ ਮੇਰੇ ਕੋਲ, ਗੁਰੂ ਭਾਈ ਨੇ ਮੇਰੇ। 57 ਸਾਲ ਹੋ ਗਏ ਜਦ ਇੱਥੇ ਕੀਰਤਨ ਕਰਿਆ ਸੀ, ਜਦ ਇਹ ਵੀ ਜਵਾਨ ਹੁੰਦੇ ਢੋਲਕੀ ਮਹਾਰਾਜ ਜੀ ਵਜਾਉਂਦੇ ਹੁੰਦੇ। ਇੱਥੇ ਬੋਰਡ ਸੀਗੇ ਸਾਹਮਣੇ ਪਿੰਡ 'ਚ, ਉਹਦੇ ਥੱਲੇ ਦੀਵਾਨ ਲੱਗਿਆ ਸੀ। 57 ਸਾਲ ਬਾਅਦ ਮੈਂ ਆ ਕੇ ਮੁੜ ਕੇ ਤੁਹਾਡੇ ਦਰਸ਼ਨ ਕਰੇ ਨੇ, ਇਹਨਾਂ ਦੇ ਕਰੇ ਨੇ। ਮੇਰੇ ਮਨ ਵਿੱਚ ਕਹਿ ਦਿੰਦਾ ਸੀ ਮੈਂ ਮਿਲੇ ਹੀ ਨਹੀਂ ਹੈ। ਇਹਨਾਂ ਨੂੰ ਪਤਾ ਸਾਰੀ ਗੱਲ ਦਾ ਵੀ ਕਿਸ ਤਰ੍ਹਾਂ ਮਹਾਰਾਜ ਜੀ ਛੋਟੀ ਛੋਟੀ ਗੱਲ ਕਿਵੇਂ ਵਿਸਥਾਰ ਦੇ ਨਾਲ ਸਮਝਾਇਆ ਕਰਦੇ ਸੀ। ਆਪ ਮਿਸਾਲ ਦੇ ਤੌਰ 'ਤੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਾਖੀ ਲਿਆ ਕਰਦੇ ਸੀ, ਅਤੇ ਨਾਲ ਦੱਸਿਆ ਕਰਦੇ ਸੀ ਕਿ ਸੇਵਾ ਅਤੇ ਸਿਮਰਨ ਦੋ ਚੀਜ਼ਾਂ ਨੇ। ਇਹ ਜਿਵੇਂ ਜਹਾਜ਼ ਨਹੀਂ ਉੱਡਦਾ ਦੋ ਫੰਗਾਂ ਦੇ ਬੈਲੈਂਸ ਤੋਂ ਬਿਨਾਂ, ਇਵੇਂ ਰੂਹਾਨੀ ਉਡਾਰੀ ਨਹੀਂ ਲੱਗਦੀ ਜਿੰਨੀ ਦੇਰ ਤੱਕ ਦੋਵੇਂ ਚੀਜ਼ਾਂ ਪੂਰੀਆਂ ਨਾ ਹੋਣ। ਇੱਕ ਬੰਦਾ ਇਕੱਲੀ ਸੇਵਾ ਕਰਦਾ ਡਬਲ ਟਾਈਮ ਲੱਗ ਜਾਏਗਾ ਉਹਦਾ, ਇੱਕ ਬੰਦਾ ਇਕੱਲਾ ਨਾਮ ਜਪਦਾ ਉਹਦਾ ਵੀ ਡਬਲ ਟਾਈਮ ਲੱਗ ਜਾਏਗਾ। ਜਿਹੜਾ ਸੇਵਾ ਅਤੇ ਸਿਮਰਨ ਕਰਦਾ ਹੈ ਉਹਦੇ ਨਾਲ ਜਿਹੜੇ ਦੁੱਖ ਨੇ, ਮਾਨਸਿਕ ਦੁੱਖ, ਸਾਰੇ ਦੁੱਖਾਂ ਦਾ ਜੇ ਕੋਈ ਇਲਾਜ ਹੈ ਸਰਬ ਰੋਗ ਕੋ ਔਖਦ ਨਾਮ। ਅਤੇ ਸੇਵਾ ਜਿਹੜੀ ਹੈ ਇਹ ਆਦਮੀ ਨੂੰ ਚੁੱਕ ਕੇ ਉੱਚੇ ਅਤੇ ਉੱਚੇ ਦਰਜੇ 'ਤੇ ਪਹੁੰਚਾ ਦਿੰਦੀ ਹੈ। ਇਸ ਤਰ੍ਹਾਂ ਦੇ ਨਾਲ ਪਿਆਰ ਨਾਲ ਪੜ੍ਹੋ ਸਾਰੇ ਪ੍ਰੇਮੀ। ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਨ ਪਾਈਦਾ। ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਨ ਪਾਈਦਾ। ਜਪੀਏ ਤਾਂ ਦੂਰ ਹੁੰਦੇ ਦੁੱਖੜੇ,
ਸਿਮਰਨ ਅਤੇ ਸੇਵਾ। ਗੁਰੂ ਘਰ ਦੇ ਅੰਦਰ ਰੂਹਾਨੀ ਸਫ਼ਰ ਤੈਅ ਕਰਨ ਵਾਸਤੇ ਦੋ ਜ਼ਬਰਦਸਤ ਸਾਧਨ, ਜਿਵੇਂ ਆਪਾਂ ਧਾਨ ਬੀਜਦੇ ਹਾਂ, ਚੌਲ ਜਿਹਨੂੰ ਕਹਿੰਦੇ ਹੋ ਤੁਸੀਂ, ਤੇੜਾ ਵਾਲਾ ਫਟਣ ਵਾਲਾ ਖੇਤ ਹੋਵੇ, ਉਹ ਇੱਕ ਟਿਊਬਵੈੱਲ ਦਾ ਪਾਣੀ ਚਲਾ ਦਿਉ, ਕਦੇ ਵੀ ਨਹੀਂ ਭਰ ਹੁੰਦਾ, ਤੇੜਾ ਪਾਣੀ ਖਾਈ ਜਾਣਗੇ। ਜੇ ਦੋ ਛੱਡ ਦਿਉ, ਇਕਦਮ ਖੇਤ ਭਰ ਜਾਂਦਾ। ਇਸੇ ਤਰ੍ਹਾਂ ਦੇ ਨਾਲ ਇਹ ਡਬਲ ਸਾਧਨ ਹੈ ਛੇਤੀ ਸਫ਼ਰ ਤੈਅ ਕਰਨ ਵਾਸਤੇ। ਸੇਵਾ ਵੀ ਕੀਤੀ ਜਾਵੇ, ਸਿਮਰਨ ਵੀ ਨਾਲ ਕੀਤਾ ਜਾਵੇ। ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਅਜੇ ਗੁਰਿਆਈ ਨਹੀਂ ਸੀ ਮਿਲੀ, ਆਪ ਬਾਈ ਵਾਰੀ ਗੰਗਾ ਦੀ ਯਾਤਰਾ 'ਤੇ ਗਏ। ਬੜੀ ਸ਼ਰਧਾ ਸੀ ਆਪਦੇ ਮਨ ਦੇ ਅੰਦਰ ਗੰਗਾ ਮਈਆ ਦੀ। ਆਪ ਅਠੋਤਰੀ ਮਾਲਾ, 108 ਮਲਕੇ ਦੀ ਮਾਲਾ, ਓਮ ਨਮੋ ਭਗਵਤੇ ਸਿੱਧੰ, ਇਸ ਮੰਤਰ ਦੀ ਜੋ ਧਰੂਨ ਹੈ ਜਪਿਆ ਸੀ, ਉਹਦੇ 108 ਮਣਕੇ ਵਾਲੀ ਮਾਲਾ ਵੀ ਫੇਰਨੀ ਉਹਨਾਂ ਨੇ। ਪੁੰਨਦਾਨ ਵੀ ਕਰਨਾ, ਬਹੁਤ ਹੀ ਨੇਕ ਸੀ ਹਰ ਪਾਸੇ ਤੋਂ। ਅਤੇ ਆਪ ਤੀਰਥ ਯਾਤਰਾ ਜਾਂਦੇ ਆ, ਦੋ ਇਹ ਨਹੀਂ ਵੀ ਨਾਉਣ ਦਾ ਹੀ ਸੀ ਉਹਨਾਂ ਨੂੰ ਪਿਆਰ, ਅੰਦਰ ਖਿਆਲ ਸੀ ਬਈ ਕੋਈ ਭਾਗਾਂ ਕਰਕੇ ਤੀਰਥ ਦੇ ਉੱਤੇ ਕੋਈ ਮਹਾਤਮਾ ਮਿਲ ਜਾਵੇ ਜਿਹਦੇ ਉੱਤੇ ਮੇਰਾ ਮਨ ਬਣ ਜਾਵੇ। ਮਹਾਤਮਾ ਤਾਂ ਬੇਅੰਤ ਮਿਲੇ, ਇਹ ਤਾਂ ਨਹੀਂ ਵੀ 22 ਸਾਲ ਦੇ ਵਿੱਚ ਮਹਾਤਮਾ ਕੋਈ ਮਿਲਿਆ ਨਾ ਉਹਨਾਂ ਨੂੰ, ਪਰ ਐਸਾ ਨਾ ਮਿਲਿਆ ਜਿਹੜਾ ਤਸੱਲੀ ਕਰਾ ਦੇਵੇ, ਜਾਂ ਐਸਾ ਨਾ ਮਿਲਿਆ ਜਿਨ੍ਹਾਂ ਦੇ ਨਾਲ ਉਹਨਾਂ ਦਾ ਸੰਯੋਗ ਹੋਵੇ। ਇੱਕ ਮੈਂ ਬੇਨਤੀ ਕਰਦਾ ਸਾਧ ਸਿੰਘ ਜੀ, ਮਹਾਂਪੁਰਸ਼ਾਂ ਦੇ ਕੋਲ ਅਮਾਨਤਾਂ ਪਈਆਂ ਹੁੰਦੀਆਂ, ਉਹ ਇਸ ਤਰ੍ਹਾਂ ਨਹੀਂ ਵੀ ਸੋਨੇ ਚਾਂਦੀ ਦੀਆਂ ਅਮਾਨਤਾਂ ਨੇ, ਰੂਹਾਨੀ ਅਮਾਨਤਾਂ ਹੁੰਦੀਆਂ, ਉਹ ਸਾਂਭ ਕੇ ਰੱਖਦੇ ਨੇ। ਪਤਾ ਹੁੰਦਾ ਵੀ ਇਹ ਫਲਾਣੇ ਦੀ ਅਮਾਨਤ ਹੈ। ਜਦੋਂ ਰੇਰੂ ਸਾਹਿਬ ਮਹਾਰਾਜ ਜੀ ਆਏ ਉੱਥੋਂ ਪਟਿਆਲੇ ਤੋਂ ਪੜ੍ਹਦੇ ਪੜ੍ਹਦੇ, ਪਹਿਲੀ ਮਿਲਣੀ ਹੋਈ ਅਤੇ ਮਹਾਂਪੁਰਸ਼ਾਂ ਦਾ ਪਹਿਲਾ ਹੀ ਵਚਨ ਸੀ, ਕਾਕਾ ਕਿੱਥੇ ਰੂ ਛੁਪਿਆ ਰਿਹਾ ਇੰਨੀ ਦੇਰ, ਅਸੀਂ ਤਾਂ ਤੈਨੂੰ ਤਲਾਸ਼ ਕਰ ਰਹੇ ਸੀ, ਤੇਰੀ ਅਮਾਨਤ ਹੈ ਸਾਡੇ ਪਾਸ, ਨਹੀਂ ਪਤਾ ਲੱਗਦਾ ਤਰ ਇਹ ਰਮਜ ਹੋਇਆ ਕਰਦੀ ਹੈ, ਸਤਸੰਗ ਕਰਨ ਵਾਲਿਆਂ ਨੂੰ ਪਤਾ ਹੁੰਦਾ ਹੈ। ਉਹ ਪਹਿਲਾਂ ਹੀ ਮਹਾਂਪੁਰਸ਼ਾਂ ਨੇ ਕਹਿਤਾ। ਇੱਥੇ ਤੁਹਾਡੇ ਲੁਧਿਆਣੇ ਇੱਕ ਮੰਗਲ ਸਿੰਘ ਮਿਸਤਰੀ ਸੀ, ਕਾਰੋਬਾਰ ਕਰਦਾ ਸੀ, ਉਹ ਸੋਹਣਾ ਕੰਮ ਉਹਦਾ ਚੱਲਦਾ ਸੀ, ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਕਿੱਥੇ ਲੁਧਿਆਣਾ ਕਿੱਥੇ ਹਰਖੋਵਾਲ ਵਾਲੇ, ਇੱਕ ਦਿਨ ਸੇਵਾਦਾਰ ਨੂੰ ਬੁਲਾਇਆ, ਕਹਿੰਦੇ ਐਂ ਕਰ ਲੁਧਿਆਣੇ ਜਾ, ਉੱਥੇ ਇੱਕ ਮੰਗਲ ਸਿੰਘ ਨਾਮ ਦਾ ਤੈਨੂੰ ਬੰਦਾ ਮਿਲੇਗਾ ਫਲਾਣੇ ਪਾਸੇ। ਕਹਿੰਦੇ ਬਾਬਾ ਜੀ ਤੁਸੀਂ ਉਹਨੂੰ ਜਾਣਦੇ ਹੋ? ਕਹਿੰਦੇ ਹਾਂ, ਇਸ ਜਨਮ 'ਚ ਤਾਂ ਨਹੀਂ ਜਾਣਦੇ, ਪਹਿਲੇ ਜਨਮ 'ਤੇ ਅਸੀਂ ਜਾਣਦੇ ਹਾਂ ਉਹਨੂੰ, ਇਹ ਸਾਨੂੰ ਪਤਾ ਵੀ ਉਹ ਇੱਥੇ ਲੁਧਿਆਣੇ ਰਹਿੰਦਾ। ਜਾਂ ਉਹਨੂੰ ਸਾਡੇ ਕੋਲ ਬੁਲਾ ਕੇ ਲਿਆ, ਉਹ ਸਿੰਘ ਆ ਗਿਆ ਲੁਧਿਆਣੇ। ਇੱਥੇ ਆ ਕੇ ਉਹਨੇ ਕਿਹਾ ਕਿ ਬਾਬਾ ਜੀ ਬੁਲਾਉਂਦੇ ਨੇ। ਉਹ ਕਹਿੰਦਾ ਬਾਬਾ ਜੀ ਨੂੰ ਮੈਂ ਜਾਣਾ ਨਾ ਪਛਾਣਾ ਨਾ, ਐਵੇਂ ਮੈਂ ਆਪਣਾ ਕੰਮ ਵੀ ਛੱਡਾਂ, ਕਾਹਦੇ ਵਾਸਤੇ ਬੁਲਾਉਂਦੇ ਆ ਪ੍ਰੇਮੀਆਂ? ਕੋਈ ਹੋਰ ਮੰਗਲ ਸਿੰਘ ਹੋਣਾ, ਮੈਂ ਤਾਂ ਜਾਣਦਾ ਹੀ ਨਹੀਂ। ਬਥੇਰਾ ਉਹਨੇ ਕਿਹਾ ਵੀ ਤੁਹਾਨੂੰ ਜਾਣਦੇ, ਕਹਿੰਦਾ ਮੈਨੂੰ ਕਿਵੇਂ ਜਾਣਦੇ ਜਾਂ ਮੈਂ ਨਹੀਂ ਜਾਣਦਾ, ਵਾਪਸ ਚਲਿਆ ਗਿਆ। ਵਾਪਸ ਗਿਆ ਹੋਇਆ ਮੁੜ ਕੇ ਮਹਾਤਮਾ ਕਹਿੰਦੇ ਵੀ ਜਾ ਉਹਨੂੰ ਕਹਿ ਦੇ ਵੀ ਤੇਰੀ ਚੀਜ਼ ਪਈ ਹੈ ਬਹੁਤ ਕੀਮਤੀ, ਅਮਾਨਤ ਪਈ ਹੈ ਸਾਡੇ ਕੋਲ, ਤੈਨੂੰ ਨਹੀਂ ਪਤਾ ਸਾਨੂੰ ਪਤਾ, ਤੋਂ ਭੁੱਲਿਆ ਬੈਠਾ। ਦੁਬਾਰਾ ਫਿਰ ਇੱਥੇ ਆਇਆ, ਇੱਥੇ ਆ ਕੇ ਉਹਨੇ ਕਿਹਾ ਉਹ ਬਾਬਾ ਜੀ ਨੇ ਕਿਹਾ ਤੇਰੀ ਕੋਈ ਕੀਮਤੀ ਚੀਜ਼ ਪਈ ਹੈ। ਨਾਲ ਤੁਰ ਪਿਆ, ਜਦ ਹਰਖੋਵਾਲ ਗਿਆ, ਕਹਿਣ ਲੱਗੇ ਆ ਬਈ ਮੰਗਲ ਸਿੰਘ, ਤੇਰੀ ਵਸਤੂ ਅਸੀਂ ਕਿੰਨੀ ਦੇਰ ਤੋਂ ਸਾਂਭੀ ਫਿਰਦੇ ਹਾਂ, ਆਪਣੀ ਸਾਂਭ ਆ ਕੇ ਇੱਕ ਪਾਸੇ ਲੈ ਗਏ, ਉੱਥੇ ਜਾ ਕੇ ਕਿਰਪਾ ਕਰਤੀ, ਵਸਤੂ ਅੰਦਰ ਪ੍ਰਗਟ ਕਰ ਦਿੱਤੀ, ਜੋਤ ਜਗ ਪਈ,
ਹਰ ਹਰ ਸ਼ਬਦ ਸੁਣਨ ਲੱਗ ਗਏ। ਕਹਿੰਦੇ ਆਹ ਤੇਰੀ ਵਸਤੂ ਹੈ, ਇਹਨੂੰ ਸਾਂਭ, ਹੁਣ ਤੂੰ ਜਾ ਕੇ ਸਾਧਨ ਕਰ, ਇੱਥੇ ਆਉਣ ਦੀ ਤੈਨੂੰ ਲੋੜ ਨਹੀਂ ਵਾਰ ਵਾਰ। ਉਹ ਬੁਲਾ ਕੇ ਦੇ ਤੀ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਫਫੜੇ ਪਾਈ ਕੇ ਗੁਰਸਿੱਖ ਨੂੰ ਭੇਜਿਆ ਵੀ ਜਾ ਉੱਥੇ ਬਹਿਲੋ ਨਾਮ ਦਾ ਇੱਕ ਸਿੱਖ ਹੈ, ਸਿੱਖ ਨਹੀਂ ਹੈ ਉਹ ਸੁਲਤਾਨੀ ਹੈ, ਉਹਨੂੰ ਕਹਿ ਵੀ ਸਾਨੂੰ ਮਿਲੇ ਆ ਕੇ, ਅਸੀਂ ਉਹਨੂੰ ਜਾਣਦੇ ਹਾਂ, ਉਹ ਨਹੀਂ ਜਾਣਦਾ, ਉਹ ਭੁੱਲਿਆ ਬੈਠਾ। ਗੁਰਸਿੱਖ ਗਿਆ ਉੱਥੇ ਦਾ ਉਹ ਜਥੇਦਾਰ ਸੀ, ਸਾਰੇ ਸੰਗ ਨੂੰ ਲੈ ਕੇ ਨਗਾਹੇ ਜਾਂਦਾ ਹੁੰਦਾ। ਉਹਨੇ ਗੁਰਸਿੱਖ ਨੇ ਕਿਹਾ, ਕਹਿੰਦੇ ਪ੍ਰੇਮੀਆਂ ਤੈਨੂੰ ਗੁਰੂ ਮਹਾਰਾਜ ਜੀ ਨੇ ਬੁਲਾਇਆ। ਕਹਿੰਦਾ ਦੇਖ ਤੈਨੂੰ ਮੈਂ ਸਾਫ ਸਾਫ ਗੱਲ ਕਰਦਾ, ਅਸੀਂ ਹਾਂ ਸਰਬਰੀਏ, ਅਸੀਂ ਸਿੱਖਾਂ ਦੇ ਨਾ ਸਿੱਖਾਂ ਨਾਲ ਵਰਤੀਏ ਨਾ ਸਿੱਖਾਂ ਦੇ ਗੁਰੂ ਕੋਲ ਜਾਈਏ, ਮੈਂ ਨਹੀਂ ਜਾਣਾ। ਵਾਪਸ ਚਲਿਆ ਗਿਆ। ਮਹਾਰਾਜ ਕਹਿੰਦੇ ਜਾ ਲਿਆ ਬੁਲਾ ਕੇ, ਫਿਰ ਉਹਨੂੰ ਕਹਿ ਉਹਦੀ ਇਮਾਨਤ ਪਈ ਆ ਸਾਡੇ ਕੋਲ। ਦੁਬਾਰਾ ਫੇਰ ਗਿਆ, ਉਹ ਦੁਬਾਰਾ ਫੇਰਨਾ, ਮਹਾਰਾਜ ਨੇ ਤੀਜੀ ਵਾਰੀ ਫੇਰ ਭੇਜ, ਕਹਿਣ ਲੱਗਿਆ ਮੈਂ ਚੱਲਦਾ ਹੁਣ, ਤੂੰ ਤਿੰਨ ਵਾਰੀ ਆਇਆ, ਪਰ ਜੇ ਮੇਰੇ ਪੀਰ ਨੇ ਕਿਹਾ ਨਾ ਜਾ ਫੇਰ ਨਹੀਂ ਮੈਂ ਜਾਣਾ। ਕਹਿੰਦਾ ਪੁੱਛੇਗਾ ਕਿੱਥੇ? ਕਹਿੰਦਾ ਸਤਲੁਜ ਲੰਘਣ ਵੇਲੇ ਕਿਸ਼ਤੀ 'ਚ ਪੁੱਛੂੰਗਾ। ਉਹਦੇ ਨਾਲ ਤੁਰਿਆ ਜਾਂਦਾ ਜਦ ਕਿਸ਼ਤੀ 'ਚ ਬੈਠ ਕੇ, ਕਹਿੰਦੇ ਪੁੱਛ ਲੈ, ਕਹਿੰਦਾ ਇੱਥੇ ਨਹੀਂ ਪੁੱਛਣਾ, ਵਿਚਾਲੀ ਧਾਰ ਵਿੱਚ ਪੁੱਛੂੰਗਾ ਜਾ ਕੇ। ਜਾਂ ਦਰਿਆ ਦੇ ਵਿਚਾਲੇ ਆਇਆ, ਉਹ ਜਿਹੜੀ ਜਾਕਟ ਚਮੜੇ ਦੀ ਪਾਈ ਹੋਈ ਛੱਟੀ ਸੀ, ਉਹਦੇ ਕੋਲ ਹੋਰ ਚੀਜ਼ਾਂ ਸੀ ਖੇਲ ਪਾਉਣ ਵਾਸਤੇ, ਉਹਨੇ ਉਹ ਲਾ ਲੀਆਂ, ਲਾ ਕੇ ਕਹਿਣ ਲੱਗਿਆ ਲੈ ਪੀਰ ਜੀ ਉਹ ਆ ਗਿਆ ਅੱਧ, ਜੇ ਤਾਂ ਮੈਂ ਹੈਗਾ ਤੇਰਾ ਤਾਂ ਤੂੰ ਮੋੜ ਲੈ। ਤੈਨੂੰ ਕਰਾਮਾਤੀ ਕਹਿੰਦੇ, ਸ਼ਕਤੀ ਵਾਲਾ ਕਹਿੰਦੇ, ਕਿਸ਼ਤੀ ਦਾ ਮੂੰਹ ਬਦਲ ਦੇ ਪਿਛਲੇ ਪਾਸੇ, ਜੇ ਮੈਂ ਅੱਧ ਲੰਘ ਗਿਆ ਤਾਂ ਫਿਰ ਮੈਂ ਗੁਰੂ ਦਾ ਬੰਦਾ, ਫੈਸਲਾ ਮੈਂ ਦਰਿਆ 'ਚ ਕਰਨਾ। ਪੰਜ ਸੱਤ ਵਾਰੀ ਆਵਾਜ਼ਾਂ ਉੱਚੀ ਮਾਰੀਆਂ, ਕੁਸਮਣਾ ਹੋਇਆ, ਉਹਦੇ ਬਾਅਦ ਅੱਧ 'ਚ ਆ ਗਿਆ। ਕਹਿਣ ਲੱਗਿਆ ਲੈ ਪੀਰ ਜੀ ਹੁਣ ਮੈਂ ਅੱਧ ਲੰਘ ਚੱਲਿਆ, ਆਹ ਫੜ ਆਪਣੀ ਜਾਕਟ, ਆਹ ਫੜ ਆਪਣੀ ਛੱਟੀ, ਸਭ ਕੁਛ ਸਿੱਟਤਾ। ਗੁਰੂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਦੇ ਪਾਸ ਆ ਗਿਆ, ਸੇਵਾ 'ਤੇ ਲਾ ਤਾ, ਬਹੁਤ ਸੇਵਾ ਕਰੀ। ਮਹਾਰਾਜ ਨੇ ਕਿਹਾ ਭਾਈ ਵਹਿਲੋ ਸਭ ਤੋਂ ਪਹਿਲੋਂ ਘਰੋਂ ਮੰਗਾ ਕੇ ਵਸਤੂ ਦਿੱਤੀ ਗਈ, ਸੋ ਜਿਸ ਦੇ ਪਾਸ ਚੀਜ਼ ਇਮਾਨਤ ਹੁੰਦੀ ਹੈ ਉੱਥੋਂ ਹੀ ਮਿਲਦੀ ਹੈ, ਹੋਰ ਥਾਂ 'ਤੇ ਨਹੀਂ ਮਿਲਦੀ। ਜੇ ਮਹਾਤਮਾ ਦੇ ਕੋਲ ਆਓ, ਮਹਾਤਮਾ ਦੇਖ ਲੈਂਦੇ ਨੇ ਵੀ ਇਹ ਫਲਾਣੇ ਮਹਾਤਮਾ ਦਾ ਹੈਗਾ ਸੰਗੀ, ਨਾਲ ਦੀ ਨਾਲ ਨਿਗਾਹ ਮਾਰ ਕੇ ਦੇਖਦੇ ਹਾਂ ਵੀ ਇਹਦੀ ਵਸਤੂ ਸਾਡੇ ਕੋਲ ਤਾਂ ਨਹੀਂ ਹੈ, ਕਿਉਂਕਿ ਇਹਦੇ ਕਰਮ ਸ਼ੁਭ ਕਰਮ ਸਾਡੇ ਕੋਲ ਲੈ ਆਏ ਨੇ। ਉੱਥੇ ਹੀ ਕਹਿੰਦੇ ਆ ਕਿ ਪਿਆਰਿਆ ਤੇਰੀ ਵਸਤੂ ਸਾਡੇ ਕੋਲ ਨਹੀਂ, ਤੂੰ ਫਲਾਣੇ ਮਹਾਤਮਾ ਨੂੰ ਜਾ ਕੇ ਮਿਲ, ਉਹ ਮੰਤ ਤੇਰੀ ਸਭ ਹੀ ਫਿਰਦੇ ਨੇ। ਸੋ ਇਹ ਚੀਜ਼ਾਂ ਨੇ ਗੁਪਤ ਦੇਸ਼ ਦੀਆਂ, ਮਹਾਤਮਾ ਨੂੰ ਪਤਾ ਹੁੰਦਾ ਇਹਨਾਂ ਗੱਲਾਂ ਦਾ। ਸੋ ਜਿੱਥੇ ਵਸਤੂ ਹੈ ਉੱਥੇ ਹੀ ਪਹੁੰਚਣਾ ਪੈਂਦਾ। ਸੋ ਬਾਬਾ ਅਮਰਦਾਸ ਜੀ 22 ਵਾਰੀ ਗੰਗਾ ਦੇ ਇਸ਼ਨਾਨ ਨੂੰ ਗਏ ਕੁੰਭਾਂ ਦੇ ਮੌਕਿਆਂ 'ਤੇ, ਉੱਥੇ ਬਹੁਤ ਵੱਡੇ ਵੱਡੇ ਸਾਧੂਆਂ ਨੂੰ ਮਿਲੇ, ਵੱਡੇ ਵੱਡੇ ਵੇਸ਼ ਭੂਸ਼ਣ ਵਾਲਿਆਂ ਨੂੰ ਮਿਲੇ, ਲੇਕਿਨ ਤਸੱਲੀ ਨਾ ਆਈ ਕਿਤੇ ਵੀ। ਨਾ ਤਸੱਲੀ ਆਉਣ 'ਤੇ ਫਿਰ ਅਰਦਾਸ ਕਰਦੇ, ਹੇ ਗੰਗਾ ਮਈਆ ਮੈਂ ਤੇਰੇ ਕਿੰਨੀ ਵਾਰੀ ਇਸ਼ਨਾਨ ਕਰਨ ਆਇਆ, ਮੈਂ ਸੁਣਿਆ ਕਿ ਤੀਰਥ ਕੀ ਏਕ ਫਲ, ਸੰਤ ਮਿਲੇ ਫਲ ਚਾਰ, ਗੁਰੂ ਮਿਲੇ ਫਲ ਅਨੇਕ ਹੈ, ਕਹਿਤ ਕਬੀਰ ਵਿਚਾਰ। ਮੈਨੂੰ ਇਹ ਫਲ ਦੇ ਕਿ ਮੈਨੂੰ ਗੁਰੂ ਮਿਲ ਜਾਵੇ, ਸਮਰੱਥ ਗੁਰੂ। 22ਵੀਂ ਵਾਰੀ ਜਦ ਇਹ ਗੱਲ ਕਹੀ, ਵਾਪਸ ਮੁੜਦੇ ਨੇ, ਇੱਕ ਪਿੰਡ ਦੇ ਅੰਦਰ ਦੁਰਗਾ ਨਾਮ ਦਾ ਪੰਡਿਤ ਹੈ, ਉੱਥੇ ਸਰਾਏ ਵਿੱਚ ਠਹਿਰੇ ਹੋਏ ਨੇ। ਉਹਨੇ ਮਹਾਰਾਜ ਦੇ ਚਰਨ ਅੰਗੇ ਨੇ, ਰੇਖਾ ਵਿੱਦਿਆ ਦਾ ਜਾਣਕਾਰ ਸੀ ਉਹ ਕੁਦਰਤੀ ਮਹਾਰਾਜ ਦੇ ਚਰਨ ਵਿੱਚ ਪਦਮ ਰੇਖਾ ਸੀ ਉਹ ਦੇਖ ਲਈ, ਉਹਨੇ ਦੇਖ ਕੇ ਉੱਥੇ ਹੀ ਮੱਥਾ ਟੇਕਿਆ। ਮਹਾਰਾਜ ਵੀ ਸਹਿਜ ਨਾਲੇ ਪਏ ਉਡੀਕਦੇ ਸੀ ਵੀ ਪੈਸੇ ਦੇ ਚੱਲੀਏ ਕਿਰਾਏ ਦੇ, ਉੱਠ ਕੇ ਬੈਠ ਕੇ ਕਹਿੰਦੇ ਲਓ ਪੰਡਿਤ ਜੀ ਕਿੰਨਾ ਕਿਰਾਇਆ ਹੋਇਆ।
ਕਈ ਦਿਨ ਦੇ ਤੁਹਾਡੀ ਸਰਾਂ ਵਿੱਚ ਆਰਾਮ ਕਰ ਰਹੇ ਹਾਂ। ਉਹ ਕਹਿਣ ਲੱਗਿਆ, ਬਾਬਾ ਕਿਰਾਇਆ ਮੈਂ ਕੀ ਲੈਣਾ, ਕਿਰਾਇਆ ਮੈਂ ਲਊਂਗਾ ਜ਼ਰੂਰ, ਤੇਰੇ ਪੈਰ ਵਿੱਚ ਪਦ ਮੈਂ, ਜਾਂ ਤਾਂ ਤੂੰ ਬਾਦਸ਼ਾਹ ਬਣੇਗਾ ਜਾਂ ਦੁਨੀਆ ਦਾ ਪੂਜ ਬਣੇਗਾ। ਮਹਾਰਾਜ ਕਹਿੰਦੇ, ਚੰਗਾ ਆ ਜੀ, ਤੂੰ ਜੋ ਮੂੰਹ ਮੰਗੇਗਾ ਉਹ ਤੈਨੂੰ ਮਿਲ ਜਾਏਗਾ। ਸੋ ਇਸ ਤਰ੍ਹਾਂ ਦੇ ਨਾਲ ਅਜੇ ਤੱਕ ਕੁਛ ਮਿਲਿਆ ਨਹੀਂ ਸੀ, ਨਾਲ ਇੱਕ ਕਰਮਕਾਂਡੀ ਬੰਦਾ ਜੋ ਗੰਗਾ ਦੇ ਜੋ ਕਾਫੀ ਵਿਦਵਾਨ ਸੀ, ਬਚਨ ਕਰਦਾ, ਬਾਬਾ ਜੀ ਵੀ ਸਤਸੰਗ ਕਰਦੇ ਸੀ, ਇਹਨਾਂ ਨੂੰ ਸਭ ਪਤਾ ਸੀ ਰੂਹਾਨੀਅਤ ਦਾ, ਲੇਕਿਨ ਅਜੇ ਪ੍ਰਗਟ ਨਹੀਂ ਸੀ ਕੁਛ ਹੋਇਆ। ਚਲਦੇ ਚਲਦੇ ਬਾਸਰਕਾ ਪਹੁੰਚ ਜਾਂਦੇ, ਜਦੋਂ ਜਾਣ ਲੱਗਿਆ ਕਹਿਣ ਲੱਗਿਆ, ਬਾਬਾ ਅਮਰਦਾਸ ਤੇਰੇ ਵਰਗਾ ਬੰਦਾ ਮੈਨੂੰ ਸਾਰੀ ਜ਼ਿੰਦਗੀ 'ਚ ਨਹੀਂ ਅੱਜ ਤੱਕ ਮਿਲਿਆ, ਕਿੰਨਾ ਤੇਰਾ ਮਿੱਠਾ ਸੁਭਾਅ ਹੈ, ਕਿੰਨਾ ਦਿਆਲੂ ਹੈ, ਕਿੰਨਾ ਦਾਤ ਹੈ, ਪੱਲੇ ਹੋਈ ਪੈਸੇ ਖਰਚੀ ਜਾਂਦਾ, ਦੂਜਿਆਂ ਨੂੰ ਲੈ ਲੈ ਕੇ ਚੀਜ਼ਾਂ ਦੇ ਜਾਂਦਾ। ਫਿਰ ਪਿਆਰਿਆ ਭਜਨ ਬੰਦਗੀ ਦੇ ਵਿੱਚ ਵੀ ਤੂੰ ਪੂਰਾ, ਮੈਨੂੰ ਐਂ ਤਾਂ ਦੱਸ ਦੇ ਵੀ ਤੇਰਾ ਗੁਰੂ ਕਿਹੜਾ। ਉਸ ਵੇਲੇ ਮਹਾਰਾਜ ਦੀ ਉਮਰ 70 ਸਾਲ ਦੀ ਹੋ ਚੁੱਕੀ ਸੀ। ਗੁਰੂ ਦਾ ਨਾਮ ਸੁਣਦੀ ਸਾਰ ਮਹਾਰਾਜ ਜੀ ਚੁੱਪ ਕਰਕੇ, ਚੁੱਪ ਇਹ ਨਹੀਂ ਕਰੇ, ਨੇਤਰਾਂ ਦੇ ਕੋਇਆਂ ਦੇ ਵਿੱਚੋਂ ਦੋ ਹੰਝੂ ਹੇਠਾਂ ਨੂੰ ਤਿਲਕੇ, ਨੌਰਾਨੀ ਦਾੜੇ ਵੱਲ ਨੂੰ ਤਿਲਕ ਪਏ। ਉਹਨੇ ਵੀ ਦੇਖ ਲਿਆ ਵੀ ਹੈ ਇਹਨਾਂ ਦਾ ਗੁਰੂ ਵਡੇਰੀ ਉਮਰ ਦਾ ਹੋਣਾ ਹੈ, ਸਰੀਰ ਛੱਡ ਗਿਆ ਹੋਣਾ ਹੈ, ਅਤੇ ਵਿਰਾਗ ਦੇ ਵਿੱਚ ਇਸ ਤਰ੍ਹਾਂ ਦੀ ਇਹਨਾਂ ਦੀ ਹਾਲਤ ਹੋ ਗਈ। ਕਹਿਣ ਲੱਗਿਆ, ਬਾਬਾ ਅਮਰਦਾਸ ਜੀ ਤੁਹਾਡੇ ਗੁਰੂ ਪੜਦਾ ਪਾ ਗਏ, ਸਾਧੂ ਸੰਤ ਮਹਾਂਪੁਰਸ਼ਾਂ ਦੇ ਅਨਿਆਈ ਕਦੇ ਨਹੀਂ ਕਹਿਣਗੇ ਵੀ ਗੁਰੂ ਜੋਤੀ ਜੋਤ ਸਮਾ ਗਏ ਜਾਂ ਚੜ੍ਹਾਈ ਕਰ ਗਏ, ਬਿਲਕੁਲ ਨਹੀਂ ਕਹਿ। ਉਹਨਾਂ ਦਾ ਇਹ ਹੁੰਦਾ ਵੀ ਉਹਲੇ ਹੋ ਗਏ, ਗੁਰੂ ਤਾਂ ਮਰਦਾ ਨਹੀਂ ਹੈ, ਸਤਿਗੁਰ ਜਾਗਦਾ ਹੈ, ਦਿਓ ਕਦੇ ਵੀ ਨਹੀਂ ਮਰੇਗਾ, ਗੁਰੂ ਹਮੇਸ਼ਾ ਜਾਗਦਾ ਰਹਿੰਦਾ। ਤਿੰਨ ਡਾਇਮੈਂਸ਼ਨ 'ਚ ਅਸੀਂ ਜਾਣਦੇ ਹਾਂ, ਇਹ ਸਾਇੰਟੀਫਿਕ ਬਾਤ ਹੈ, ਚੌਥੀ ਡਾਇਮੈਂਸ਼ਨ ਦਾ ਸਾਨੂੰ ਪਤਾ ਨਹੀਂ ਹੈ। ਜਿਹਨੂੰ ਪਤਾ ਉਹਨੂੰ ਪਤਾ ਵੀ ਕਹਾਂ ਪੜਦਾ ਹੈ ਹੀ ਨਹੀਂ ਵਿਚਾਲੇ, ਇੱਧਰ ਦੇਖ ਲੈ, ਉੱਧਰ ਦੇਖ ਲੈ, ਜਿੱਧਰ ਜੀ ਕਰਦਾ ਦੇਖ ਲੈ, ਸਾਰ ਪਾਰ ਦਿੰਦਾ ਉਹਨੂੰ। ਉਸ ਵੇਲੇ ਉਹਨੇ ਕਿਹਾ ਵੀ ਇਹਨਾਂ ਦਾ ਗੁਰੂ ਜਿਹੜੇ ਨੇ ਪੜਦਾ ਪੋਸ਼ੀ ਕਰਕੇ ਹੋਣੇ ਆ। ਅਤੇ ਫਿਰ ਪੁੱਛਿਆ ਵੀ ਬਾਬਾ ਅਮਰਦਾਸ ਜੀ ਉਹਨਾਂ ਦਾ ਨਾਂ ਕੀ ਸੀਗਾ। ਹੋਰ ਜ਼ਿਆਦਾ ਵਿਰਾਗ ਆ ਗਿਆ, ਕਹਿਣ ਲੱਗੇ ਬ੍ਰਹਮਚਾਰੀ ਜੀ ਮੈਂ ਕੀ ਦੱਸਾਂ, 22 ਸਾਲ ਤੋਂ ਮੈਂ ਗੰਗਾ ਇਸ਼ਨਾਨ ਕਰਨ ਆਉਣਾ, ਇਸ਼ਨਾਨ ਵਾਸਤੇ ਨਹੀਂ ਮੈਂ ਆਉਂਦਾ, ਇਹ ਮੈਨੂੰ ਪਤਾ ਹੈ ਵੀ ਇਹ ਜਿਹੜੇ ਤੀਰਥ ਨੇ ਇਹਨਾਂ ਤੋਂ ਬਹੁਤ ਬੜਾ ਫਲ ਜਿਹੜਾ ਹੈ ਉਹ ਮਹਾਂਪੁਰਸ਼ਾਂ ਦੇ ਦਰਸ਼ਨ 'ਚ ਹੋਇਆ ਕਰਦਾ, ਕਰੋੜਾਂ ਗੰਗਾ ਦਾ ਫਲ ਹੋਇਆ ਕਰਦਾ ਇਸ਼ਨਾਨ ਦਾ, ਜੇ ਮਹਾਂਪੁਰਸ਼ਾਂ ਦੇ ਦਰਸ਼ਨ ਹੋ ਜਾਣ, ਉਹਨਾਂ ਦੀ ਚਰਨ ਧੂੜੀ ਮਿਲ ਜਾਵੇ। ਇਹ ਜਿਹੜੇ ਤੀਰਥ ਨੇ, ਤੀਰਥ ਵੱਡਾ ਕਿ ਹਰ ਕਾ ਦਾਸ, ਤੀਰਥ ਬੜਾ ਹੈ ਜਾਂ ਹਰੀ ਦਾ ਦਾਸ, ਹਰੀ ਦਾ ਦਾਸ ਵੱਡਾ। ਜਿਹਨੇ ਤੀਰਥ ਬਣਾ ਤਾ ਜਿੱਥੇ ਬੈਠੂ ਉੱਥੇ ਹੀ ਤੀਰਥ ਬਣਾ ਦੂ, ਉਹ ਥਾਂ ਦੇ ਉੱਤੇ ਹੀ ਪਵਿੱਤਰਤਾ ਇੰਨੀ ਆ ਜਾਏਗੀ, ਜਾ ਕੇ ਹੱਥ ਬੰਨ੍ਹ ਕੇ ਮੰਗਾਂਗੇ ਵੀ ਸੱਚੇ ਪਾਤਸ਼ਾਹ ਮੈਨੂੰ ਆਹ ਤਕਲੀਫ ਹੈ, ਉਹ ਜਦੇ ਪੂਰੀ ਹੋ ਜਾਂਦੀ ਹੈ, ਕਿਉਂਕਿ ਵੱਡਾ ਤੀਰਥ ਆ। ਇਹ ਜਿਹੜੇ ਤੀਰਥ ਨੇ ਇਹ ਦੇਵਤਿਆਂ ਦੇ ਥਾਪੇ ਹੋਏ, ਅੰਦਰ ਅਰਦਾਸਾਂ ਕਰਦੇ ਨੇ ਕਿ ਹੇ ਪ੍ਰਭੂ ਕਿਸੇ ਮਹਾਂਪੁਰਸ਼ ਦੇ ਚਰਨ ਪਵਾ, ਸਾਡੇ ਵਿੱਚ ਪਾਪ ਭਰ ਗਏ, ਐਸਾ ਮਹਾਰਾਜ ਫਰਮਾਨ ਕਰਦੇ। ਤੀਰਥ ਵੀ ਲੋਚਦੇ ਸੰਤਾਂ ਦੀ ਤੂੜੀ ਤਾਈ, ਤੀਰਥ ਵੀ ਲੋਚਦੇ ਸੰਤਾਂ ਦੀ ਤੂੜੀ ਤਾਈ, ਤੀਰਥ ਵੀ ਲੋਚਦੇ ਸੰਤਾਂ ਦੀ ਤੂੜੀ ਤਾਈ,
ਸਰੁਸਤੀ ਤੇ ਕਰੇ ਉਦਮ ਧੂੜ ਸਾਧੂ ਕੀਤਾ ਹੈ। ਕਿਰਵਿਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂੜ ਖਵਾਈ। ਕਹਿਣ ਲੱਗੇ ਮਹਾਂਪੁਰਸ਼ੋ ਇਹ ਤਾਂ ਮੈਂ ਜਾਣਦਾ ਵੀ ਤੀਰਥਾਂ ਤੋਂ ਮਹਾਂਪੁਰਸ਼ ਵੱਡੇ ਹੁੰਦੇ ਨੇ, ਉਹਨਾਂ ਦੇ ਚਰਨ ਦੀ ਧੂੜੀ ਤੀਰਥ ਲੋਚਦੇ। ਮੈਂ ਤੀਰਥ ਘਰ ਨਹੀਂ ਜਾਂਦਾ ਵੀ ਗੰਗਾ ਦਾ ਭਗਤ ਹਾਂ, ਮੈਂ ਤਾਂ ਗੁਰੂ ਦੀ ਤਲਾਸ਼ ਵਿੱਚ ਜਾਂਦਾ। ਪਰ ਅਫਸੋਸ ਇਹ ਹੈ ਕਿ ਅੱਜ ਤੱਕ ਮੈਨੂੰ ਕੋਈ ਸਮਰੱਥ ਗੁਰੂ ਨਹੀਂ ਮਿਲਿਆ। ਗੱਲਾਂ ਵਾਲੇ ਬਹੁਤ ਮਿਲਦੇ ਸੀ, ਚੇਲੇ ਚਾੜੜੇ ਫਸਾਉਂਦੇ ਸੀ, ਲੇਕਿਨ ਮੇਰੀ ਨਿਸ਼ਾ ਨਹੀਂ ਸੀ ਆਉਂਦੀ। ਜਦ ਤੱਕ ਨਿਸ਼ਾ ਨਾ ਹੋਵੇ, ਆਪਣਾ ਆਪਾ ਲੈਣ ਵਾਲਾ ਕੋਈ ਨਾ ਹੋਵੇ, ਤਾਂ ਉਹਨੂੰ ਗੁਰੂ ਧਾਰ ਕੇ ਕੀ ਕਰਨਾ ਹੈ? ਕੱਚੇ ਗੁਰੂ ਤੋਂ ਤਾਂ ਮੁਕਤ ਹੀ ਨਹੀਂ ਹੁੰਦੀ। ਅੰਨਾ ਗੁਰੂ ਜਿਹੜਾ ਹੈ ਆਪ ਵੀ ਡੁੱਬਦਾ ਹੈ ਅਤੇ ਸੰਸਾਰ ਨੂੰ ਵੀ ਡੋਬ ਦਿੰਦਾ। ਚਾਰ ਕਿਸਮਾਂ ਹੁੰਦੀਆਂ ਗੁਰੂ ਦੀਆਂ। ਇੱਕ ਤਾਂ ਹੁੰਦਾ ਕੱਚਾ ਗੁਰੂ, ਐਵੇਂ ਹੀ ਗੁਰੂ ਬਣਿਆ ਵੀ ਇਹਦਾ ਪਿਓ ਵੀ ਮੇਰਾ ਸੇਵਕ ਸੀ, ਪੁੱਤ ਵੀ ਮੇਰਾ ਸੇਵਕ, ਪੋਤਾ ਵੀ ਮੇਰਾ, ਕੁਛ ਵੀ ਨਹੀਂ ਕਰਨਾ। ਉਹ ਡੁੱਬ ਜਾਂਦਾ ਕਿਉਂ? ਗਿਆਨ ਦੀ ਸੱਤਾ ਨਹੀਂ ਹੁੰਦੀ, ਅੱਖ ਖੁੱਲ੍ਹੀ ਨਹੀਂ ਹੁੰਦੀ, ਅੰਦਰਲਾ ਅਨੁਭਵ ਜਾਗਿਆ ਨਹੀਂ ਹੁੰਦਾ। ਉਹ ਆਪ ਵੀ ਡੁੱਬਦਾ ਮਾਇਆ ਦੇ ਚੱਕਰਾਂ 'ਚ ਅਤੇ ਚੇਲਿਆਂ ਨੂੰ ਵੀ ਬਹਾਦੂ, ਉਹਨਾਂ ਨੂੰ ਕਰਮਕਾਂਡ ਤੋਂ ਗਾਂਹ ਜਾਣ ਹੀ ਨਹੀਂ ਦਿੰਦਾ। ਇੱਥੇ ਹੀ ਕਰ ਲਏਗਾ, ਕਰਮਕਾਂਡ ਦੀ ਗੱਲ ਕਰੇਗਾ। ਦੂਸਰਾ ਹੁੰਦਾ ਅੰਨਾ ਗੁਰੂ ਜਿਹਨੂੰ ਅਨੁਭਵ ਨਹੀਂ ਹੈ। ਉਹ ਅਨੁਭਵ ਤੋਂ ਹੀਣਾ ਜਿਹੜਾ ਹੈ, ਅੰਨਾ ਆਗੂ ਜੇਠੀਏ ਸਭ ਸਾਥ ਮਹਾਵ, ਪਖੰਡੀ ਗੁਰੂ ਹੋਇਆ ਕਰਦਾ। ਪਖੰਡੀ ਗੁਰੂ ਦਾ ਫਲਾਅ ਬਹੁਤ ਜ਼ਿਆਦਾ ਹੁੰਦਾ ਹੈ, ਲੇਕਿਨ ਆਪ ਲੰਘਿਆ ਨਹੀਂ ਹੁੰਦਾ। ਇੱਕ ਇੱਥੇ 1906 ਦੀ ਗੱਲ ਹੈ, 1902 ਦੀ। ਇੱਥੇ ਹੀ ਇਹਨਾਂ ਪਿੰਡਾਂ ਦੇ ਵਿੱਚ ਇੱਕ ਕਛਹਿਰਾ ਪਾਇਆ ਹੁੰਦਾ, ਸਿਰ ਦੇ ਉੱਤੇ ਹੁੰਦਾ, ਉਹਦੇ ਬੰਨਿਆ ਹੋਇਆ ਇਕੱਲਾ ਹੀ ਦੁਪੱਟਾ। ਉਹ ਇਹਨਾਂ ਪਿੰਡਾਂ 'ਚ ਘੁੰਮੀ ਜਾਂਦਾ ਹੁੰਦਾ, ਇਹ ਗੱਲ ਕਹੀ ਜਾਂਦਾ, ਆ ਗਈ ਆ ਗਈ ਆ ਗਈ। ਰੋਪੜ ਵੱਲ ਉਹਦਾ ਜ਼ਿਆਦਾ ਸੀਗਾ, ਲੋਕ ਕਹਿਣ ਵੀ ਪਤਾ ਨਹੀਂ ਕੀ ਕਹਿੰਦਾ, ਆ ਗਈ ਆ ਗਈ। ਉਹ ਪਲੇਗ ਪੈ ਗਈ, ਬੰਦੇ ਮਰਨ ਲੱਗ ਕੇ ਕਹਿੰਦੇ ਨਾ, ਸੰਤ ਤਾਂ ਪਹਿਲਾਂ ਹੀ ਕਹਿੰਦੇ ਸੀਗੇ ਆ ਗਈ ਆ ਗਈ ਆ ਗਈ, ਆਪਾਂ ਹੀ ਨਹੀਂ ਸਮਝੀ ਗੱਲ। ਬੇਅੰਤ ਚੇਲੇ ਹੋ ਗਏ, ਜਾਂ ਚੇਲੇ ਵੱਧ ਗਏ, ਚੜਾਵਾ ਵੀ ਬਹੁਤ ਚੜ੍ਹਨ ਲੱਗ ਗਿਆ, ਵਧੀਆ ਰੇਸ਼ਮੀ ਕੱਪੜੇ ਫਸਟ ਕਲਾਸ ਚੋ ਗਏ, ਅਤੇ ਉੱਤੇ ਕਲਜੀ ਲਾ ਲਈ ਆਪਣੇ ਦਸਤਾਰ ਦੇ ਉੱਤੇ। ਕਹਿਣ ਲੱਗ ਗਿਆ ਕਿ ਮੈਂ ਆ ਗਿਆ ਅਨੰਦਪੁਰ ਦਾ ਮਾਲਕ। ਉੱਥੇ ਚਲੇ ਗਿਆ, ਜਾ ਕੇ ਅਨੰਦਪੁਰ ਸਾਹਿਬ 'ਤੇ ਕਬਜ਼ਾ ਕਰ ਲਿਆ, ਪੰਜ ਪਿਆਰੇ ਬਣਾ ਲਏ, ਬੇਅੰਤ ਸਿੰਘਾਂ ਨੂੰ ਬਾਣਾ ਪਵਾ ਕੇ ਬਰਛੇ ਬਰਛੇ ਦੇ ਕੇ ਚੰਗਾ 500-700 ਦਾ ਇਕੱਠ ਕਰ ਲਿਆ। ਉਹ ਇਕੱਲਾ ਤਾਂ ਇਕੱਲਾ ਬੰਦਾ, ਕੋਈ ਨਾ ਉਹਨੂੰ ਕੁਛ ਕਹੇ। ਅਖੀਰ ਉਹਦੀ ਬੁੱਧੀ ਹੋਰ ਭ੍ਰਿਸ਼ਟ ਹੋਈ, ਉਹਨੇ ਮਹਾਰਾਜਿਆਂ ਨੂੰ ਚਿੱਠੀ ਲਿਖਤੀ, ਪਟਿਆਲੇ ਵਾਲੇ ਨੂੰ, ਨਾਭੇ ਵਾਲੇ ਨੂੰ, ਜੀਂਦ ਵਾਲੇ ਨੂੰ, ਫਰੀਦਕੋਟ ਵਾਲੇ, ਕਲਸੀ ਵਾਲੇ ਨੂੰ। ਕਹਿਣ ਲੱਗਿਆ ਅਸੀਂ ਅਨੰਦਪੁਰ ਸਾਹਿਬ ਨਾ ਨੰਦੇੜ ਸਾਹਿਬ ਚਿਖਾ 'ਚ ਅਸੀਂ ਸਾਡਾ ਸੰਸਕਾਰ ਨਹੀਂ ਸੀ ਹੋਇਆ, ਅਸੀਂ ਨਿਕਲੇ ਆਏ ਸੀਗੇ, ਅਤੇ ਹੁਣ ਅਸੀਂ ਆਪਣਾ ਅਨੰਦਪੁਰ ਸਾਹਿਬ ਲੈ ਲਿਆ, ਅਤੇ ਹੁਣ ਅਸੀਂ ਸ਼ਾਦੀ ਕਰਾਉਣੀ ਚਾਹੁੰਦੇ ਹਾਂ, ਪਰ ਰਾਜੇ ਦੀ ਲੜਕੀ ਨਾਲ ਕਰਾਉਣੀ ਹੈ। ਕੋਈ ਰਾਜਾ ਆਪਣੀ ਲੜਕੀ ਦਾ ਰਿਸ਼ਤਾ ਮੇਰੇ ਨਾਲ ਕਰੇ। ਬੰਦੇ ਭੇਜਤੇ ਚਿੱਠੀਆਂ ਦੇ ਕੇ,
ਬਾਕੀ ਰਾਜੇ ਤਾਂ ਚੁੱਪ ਕਰ ਰਹੇ ਅਤੇ ਨਾਭੇ ਦੇ ਵਿੱਚ ਹੀਰਾ ਸਿੰਘ ਰਾਜਾ ਹੁੰਦਾ, ਬੜਾ ਹੀ ਸਿਆਣਾ ਸੀ ਬਡਰੁੱਖੇ ਦਾ। ਉਹਨੇ ਅਹਿਲਕਾਰ ਭੇਜਤੇ ਵੀ ਜਾਓ ਜਾ ਕੇ ਉਹਨਾਂ ਨੂੰ ਕਹੋ ਵੀ ਮਹਾਰਾਜ ਮਹਾਰਾਜੇ ਨੂੰ ਕੰਮ ਜ਼ਿਆਦੇ ਹੈ ਅਤੇ ਉਹ ਤਾਂ ਆ ਨਹੀਂ ਸਕਦਾ, ਤੁਸੀਂ ਉਹ ਦਰਸ਼ਨ ਦੇਵੋ। ਇਹ 500 ਸਿੰਘ ਨੇ ਸ਼ਸਤਰਧਾਰੀ ਨਾਲ ਲਿਆ, ਬੜਾ ਅਡੰਬਰ ਰਚਿਆ, ਬਹੁਤ ਸਾਰੇ ਰਥ ਰੁੱਥ ਲੈ ਕੇ ਉਸ ਥਾਂ 'ਤੇ ਘੋੜੇ ਲੈ ਕੇ ਪਹੁੰਚਦਾ। ਮਹਾਰਾਜ ਨੇ ਬਾਰਾਂਦਰੀ ਦੇ ਵਿੱਚ ਉਤਾਰਾ ਕਰਾਤਾ, ਖਾਣ ਪੀਣ ਨੂੰ ਭੇਜ ਦਿੱਤਾ, ਸੁੱਖ ਸ਼ਾਂਤ ਪੁੱਛੀ। ਦੂਸਰੇ ਦਿਨ ਕਿਹਾ ਵੀ ਮਹਾਰਾਜ ਕੱਲ੍ਹ ਨੂੰ ਗੱਲ ਹੋਏਗੀ, ਤੁਸੀਂ ਉੱਥੇ ਹੀ ਆ ਜਾਓ ਰਾਜੇ ਦੀ ਕਚਹਿਰੀ 'ਚ। ਆਪ ਕਚਹਿਰੀ ਦੇ ਅੰਦਰ ਬੈਠ ਗਿਆ, ਬਾਹਰ ਹੁਕਮ ਕਰਤਾ ਵੀ ਉਹ ਬੰਦਾ ਆਊਗਾ ਉਹਨੂੰ ਅੰਦਰ ਨਾ ਵੜਨ ਦਿਓ, ਇੱਥੇ ਬਿਠਾ ਰੱਖਿਓ। ਉਹ ਸਵੇਰ ਦਾ ਭੁੱਖਣ ਪਾਣਾ ਬੈਠਾ, ਸ਼ਾਮ ਹੋ ਗਈ, ਬਾਹਰ ਨਿਕਲਿਆ। ਰਾਜਾ ਹੀਰਾ ਸਿੰਘ ਕਹਿਣ ਲੱਗਿਆ, ਬਾਬਾ ਜੀ ਗੁਰੂ ਮਹਾਰਾਜ ਅੱਜ ਤਾਂ ਨਹੀਂ ਮੈਂ ਗੱਲ ਕਰ ਸਕਿਆ, ਕੱਲ੍ਹ ਨੂੰ ਕਰੂੰ, ਇੱਥੇ ਫਿਰ ਆ ਜਾਓ। ਦੂਜੇ ਦਿਨ ਫਿਰ ਆ ਗਿਆ। ਉਹ ਦੇਖਦਾ ਸੀ ਵੀ ਕੋਈ ਤਾਕਤ ਤੂਕਤ ਇਹਦੇ ਵਿੱਚ ਹੈ ਕਿ ਨਹੀਂ ਹੈ। ਉਹਨੇ ਨਿਰਣਾ ਕਰ ਲਿਆ ਵੀ ਇਹ ਕੁਛ ਨਹੀਂ, ਖਾਲੀ ਭਾਂਡਾ, ਪਖੰਡੀ ਬੰਦਾ, ਪਖੰਡ ਚੱਲ ਗਿਆ ਇਹਦਾ। ਦੂਸਰੇ ਦਿਨ ਕਹਿਣ ਲੱਗਿਆ ਵੀ ਬਾਬਾ ਜੀ ਕੱਲ੍ਹ ਨੂੰ ਬਾਗ ਦੇ ਵਿੱਚ ਬਾਰਾਂਦਰੀ ਦੇ ਉੱਥੇ ਤੁਸੀਂ ਸੱਜ ਧੱਜ ਕੇ ਬੈਠਿਓ, ਮੈਂ ਥਾਲ ਲੈ ਕੇ ਆਵਾਂਗਾ, ਰਿਸ਼ਤਾ ਦਾ ਸ਼ਗਨ ਲੈ ਕੇ ਆਵਾਂਗਾ। ਉਹਨੇ ਫੌਜ ਦੇ 500-700 ਜਵਾਨ ਲੈ ਲਿਆ। ਕਹਿਣ ਲੱਗਿਆ ਦੇਖੋ, ਅਫਸਰ ਨੂੰ ਸਮਝਾਤਾ ਵੀ ਉਹ ਪਖੰਡੀ ਹੈ ਅਤੇ ਮੈਂ ਉਹਦੇ ਕੋਲ ਜਦ ਜਾ ਕੇ ਇਸ਼ਾਰਾ ਕਰੂੰ ਤੁਸੀਂ ਇੱਕਦਮ ਸੋਟੇ ਮਾਰਨੇ ਸ਼ੁਰੂ ਕਰ ਦਿਓ। ਉੱਥੇ ਚਲਿਆ ਗਿਆ, ਜਾ ਕੇ ਬੜਾ ਖੁਸ਼ ਹੋਇਆ, ਉੱਠ ਕੇ ਖੜ੍ਹਾ ਹੋ ਗਿਆ ਪਹਿਲਾਂ ਹੀ। ਉਹਨੇ ਦੇਖ ਲਿਆ ਵੀ ਇਹਦੇ ਤਾਂ ਸਾਧੂ ਬਣਾ ਨਹੀਂ ਹੈ, ਗੁਰੂ ਤਾਂ ਕਿੱਥੇ ਰਹਿ ਗਿਆ ਹੈ। ਸਾਧੂ ਵੀ ਆਪਣੇ ਪਰਮੇਸ਼ਰ ਦੇ ਮਾਣ ਦੇ ਉੱਤੇ ਵੱਡੇ ਹੁੰਦੇ ਨੇ, ਐ ਨਹੀਂ ਵੀ ਆ ਗਏ ਵਜ਼ੀਰ ਵੀ ਉੱਠ ਕੇ ਖੜ੍ਹੇ ਹੋ ਗਏ ਮਿਲਣ ਲੱਗ ਗਏ, ਬਿਲਕੁਲ ਨਹੀਂ। ਜਾ ਕੇ ਕਹਿਆ ਦਰਗਾਹ ਚਲਾ, ਸੋ ਕਿਸ ਕੋ ਨਜ਼ਰ ਲਾਇਆ ਵੀ ਤਰ। ਮਹਾਰਾਜ ਜੀ ਚੰਡੀਗੜ੍ਹ ਆਏ ਹੋਏ ਸੀ, ਦੁਪਹਿਰ ਢਲ ਚੁੱਕੀ ਸੀ, ਆਪ 5 ਵਜੇ ਮਿਲਿਆ ਕਰਦੇ ਸੀ। 4 ਵਜੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਆ ਗਏ, ਬੜਾ ਰੋਬਦਾਬ ਸੀ ਉਹਨਾਂ ਦਿਨਾਂ 'ਚ ਚੀਫ ਮਿਨਿਸਟਰ ਦਾ, ਮੇਰੀ ਡਿਊਟੀ ਸੀ। ਮੈਂ ਕਿਹਾ ਤੁਸੀਂ ਟਾਈਮ ਤੋਂ ਪਹਿਲਾਂ ਆ ਗਏ। ਕਹਿੰਦੇ ਮੈਂ ਅਸੈਂਬਲੀ 'ਚ ਆਇਆ ਦਰਸ਼ਨ ਕਰਨੇ ਆ, ਹੋਰ ਮੇਰੇ ਕੋਲ ਟਾਈਮ ਹੀ ਨਹੀਂ ਕੋਈ। ਮੈਂ ਤੁਹਾਨੂੰ ਤਾਂ ਕੱਲ੍ਹ ਦਾ ਟਾਈਮ ਦਿੱਤਾ ਸੀਗਾ ਵੀ ਰਜਿੰਦਰਾ ਗਾਰਡਨ 'ਚ ਮਹਾਰਾਜ ਸੈਰ ਕਰਦੇ ਹੋਣਗੇ, ਉੱਥੇ ਆ ਜੀ। ਕਹਿੰਦੇ ਮੈਨੂੰ ਗਲਤ ਦੱਸਤਾ। ਮਹਾਰਾਜ ਜੀ ਕੋਲ ਮੈਂ ਗਿਆ, ਖੜਕਾ ਕਰਿਆ ਮਾੜਾ ਜਿਹਾ, ਕੋਈ ਨੋਟਿਸ ਨਹੀਂ ਲਿਆ, ਮੈਂ ਖੜਕੇ ਮੁੜਿਆ ਆ। ਦੂਜੀ ਵਾਰੀ ਗਿਆ, ਉਹ ਸਮਾਧੀ ਲੱਗੀ ਹੋਈ, ਥੋੜ੍ਹਾ ਜਿਹਾ ਤਖਤਾ ਮੈਂ ਜ਼ੋਰ ਨਾਲ ਕਰਤਾ, ਮਹਾਰਾਜ ਜੀ ਨੇ ਨੇਤਰ ਖੋਲ੍ਹੇ, ਕਹਿੰਦੇ ਕੀ ਗੱਲ ਹੈ। ਮੈਂ ਮਹਾਰਾਜ ਸਰਦਾਰ ਪ੍ਰਤਾਪ ਸਿੰਘ ਕੈਰੋਂ ਆਇਆ, ਜਵਾਬ ਇਹ ਨਾ ਦਿੱਤਾ, ਮੈਂ ਖੜਕੇ ਮੁੜਿਆ ਆ। ਅੱਧਾ ਘੰਟਾ ਹੋ ਗਿਆ, ਫਿਰ ਮੈਂ ਗਿਆ ਅੰਦਰ, ਕਹਿੰਦੇ ਕਿ ਟਾਈਮ ਬੁਲਾਇਆ ਉਹ। ਮੈਂ ਕਿਹਾ ਨਹੀਂ ਮਹਾਰਾਜ, ਮੈਂ ਤਾਂ ਨਹੀਂ ਬੁਲਾਇਆ, ਆ ਗਿਆ ਉਹ ਤਾਂ। ਫਿਰ ਕੋਈ ਜਵਾਬ ਨਾ ਦਿੱਤਾ। ਚੌਥੀ ਵਾਰੀ ਮੈਂ ਫਿਰ ਅੰਦਰ ਗਿਆ, ਮੈਂ ਮਹਾਰਾਜ ਉਹ ਕਹਿੰਦਾ ਮੈਂ ਬਹੁਤ ਛੇਤੀ ਮੁੜਨਾ। ਕਹਿੰਦੇ ਕਿੰਨੇ ਸਿੰਘ ਆਏ ਹੋਏ ਨੇ? ਮੈਂ ਕਿਹਾ ਮਹਾਰਾਜ 13 ਆਏ ਹੋਏ ਨੇ, 14ਵਾਂ ਨੰਬਰ ਹੈ। ਕਹਿੰਦੇ 14ਵੇਂ ਨੰਬਰ 'ਤੇ ਬੁਲਾ ਉਹਨੂੰ, ਜਿਹੜੇ ਪਹਿਲਾਂ ਆਏ ਨੇ ਉਹਨਾਂ ਨੂੰ ਪਹਿਲਾਂ ਭੇਜ। ਸਾਰਿਆਂ ਨੂੰ ਮੈਂ ਕਿਹਾ ਵੀ ਦੇਖੋ, ਜੇ 5-5 ਮਿੰਟ ਲੱਗ ਗਏ 70 ਮਿੰਟ ਲੱਗ ਜਾਣੇ। ਤੁਸੀਂ ਐਂ ਕਰੋ, ਕੱਲ੍ਹ ਨੂੰ ਮੈਂ ਤੁਹਾਨੂੰ ਟਾਈਮ ਦਵਾ ਦਾਂਗਾ, ਅੱਜ ਨਮਸਕਾਰ ਕਰੋ, 2-2 ਮਿੰਟ 'ਚ ਨਿਕਲਿਓ। ਲਾਈਨ ਲੱਗੀ ਹੋਈ ਆ ਵਿੱਚ ਖੜ੍ਹਾ 14ਵੇਂ ਨੰਬਰ 'ਤੇ। ਕਹਿੰਦਾ ਅੱਜ ਮੈਨੂੰ ਪਤਾ ਲੱਗਿਆ ਵੀ ਲਾਈਨ 'ਚ ਕਿਵੇਂ ਖੜ੍ਹੀ ਦਾ, ਮੇਰੇ ਵੀ ਲਾਈਨਾਂ ਲੱਗਦੀਆਂ। ਕਹਿੰਦਾ ਇਹ ਉਹ ਦਰ ਹੈ ਜਿੱਥੇ ਬਾਦਸ਼ਾਹ ਆ ਕੇ ਖੜ੍ਹੇ ਹੁੰਦੇ ਨੇ, ਇੰਤਜ਼ਾਰ ਕਰਦੇ ਆ। ਬਾਬਾ ਸਾਹਿਬ ਸਿੰਘ ਜੀ ਨੂੰ ਜਦ ਮਿਲਣਾ ਹੁੰਦਾ, ਮਹਾਰਾਜਾ ਰਣਜੀਤ ਸਿੰਘ ਨੂੰ 7 ਦਿਨ ਇੰਤਜ਼ਾਰ ਕਰਨਾ ਪੈਂਦਾ ਹੁੰਦਾ। ਮਹਾਤਮਾ ਛੋਟੇ ਨਹੀਂ ਹੁੰਦੇ, ਜਿਸ ਨੂੰ ਬਖਸ਼ੇ ਸਿਵ ਸਲਾਹ ਨਾਨਕ ਪਾਤਸ਼ਾਹ ਜੀ, ਪਾਤਸ਼ਾਹ ਪਾਤਸ਼ਾਹ ਦੇ ਪਾਤਸ਼ਾਹ ਹੁੰਦੇ ਨੇ। ਔਰ ਉਹਨਾਂ ਦਾ ਹੁਕਮ ਕਿੰਨਾ ਚੱਲਦਾ, ਜਾ ਕੇ ਕਹਿਆ ਦਰਗਾਹ ਚੱਲੇ, ਦਰਗਾਹ ਚੱਲਦਾ। ਮਹਾਰਾਜਾ ਰਣਜੀਤ ਸਿੰਘ ਨੂੰ ਖਬਰ ਆਈ
ਕਿ ਮਹਾਰਾਜ ਹਰੀ ਸਿੰਘ ਨਲੂਆ ਸ਼ਹੀਦ ਹੋ ਚੁੱਕਿਆ ਅਤੇ ਫੌਜ ਬੜੀ ਥੋੜ੍ਹੀ ਰਹਿ ਗਈ ਅੰਦਰ, ਅਤੇ ਜੇ ਇਹਨਾਂ ਨੂੰ ਪਤਾ ਲੱਗ ਗਿਆ ਤਾਂ ਇਹ ਮੁਲਖਈਆ 200,000 ਲੜਾਈ ਦੇ ਵਿੱਚ ਤਿਆਰ ਬੈਠਾ ਲੜਨ। ਇਹ ਸਿੰਧ ਦਰਿਆ ਪਾਰ ਕਰਕੇ ਲਾਹੌਰ ਤੋਂ ਉਰੇ ਨਹੀਂ ਇਹਨਾਂ ਨੇ ਖੜਨਾ, ਇੱਕਦਮ ਤੁਸੀਂ ਇੱਥੇ ਪਹੁੰਚੋ। ਰਾਤੋਂ ਰਾਤ ਤਿਆਰੀ ਕਰੀ, ਤੇਜ਼ ਸਫ਼ਰ ਕਰਕੇ ਸਿੰਧ ਦਰਿਆ ਦੇ ਕੰਢੇ ਪਹੁੰਚਦੇ। ਉੱਥੇ ਹੁਣ ਦਰਿਆ ਚੜਿਆ ਹੋਇਆ। ਮਹਾਰਾਜਾ ਹੈਰਾਨ ਹੋ ਗਿਆ, ਬਾਬਾ ਵੀਰ ਸਿੰਘ ਜੀ ਨਾਲ ਸੀਗੇ ਨੌਰੰਗਾਬਾਦ ਵਾਲੇ, ਰਾਣੇ ਸਾਹਿਬ ਦੀ ਸੰਪਰਦਾ ਤੋਂ ਉੱਪਰਲੇ ਮਹਾਤਮਾ, ਉਹਨਾਂ ਦੇ ਕੋਲ ਆ ਕੇ ਹੱਥ ਬੰਨੇ। ਕਹਿੰਦਾ ਮਹਾਰਾਜ ਦਰਿਆ ਚੜਿਆ ਹੋਇਆ, ਜੇ ਆਪਾਂ ਤੋਪਖਾਨਾ ਨਾ ਨਗਾਇਆ ਤਾਂ ਵੀ ਗੱਲ ਗਲਤ ਹੋ ਜਾਣੀ ਹੈ, ਜੇ ਫੌਜ ਨਾ ਗਈ ਤਾਂ ਵੀ ਗੱਲ, ਜੇ ਇੱਕ ਵਾਰੀ ਜਮਰੌਤ ਦਾ ਕਿਲ੍ਹਾ ਟੁੱਟ ਗਿਆ ਇਹਨਾਂ ਨੇ ਲਾਹੌਰ 'ਤੇ ਉਰੇ ਨਹੀਂ ਖੜਨਾ, ਮੁੜ ਕੇ ਬਾਲ ਬੱਚੇ ਬੀਬੀਆਂ ਇੱਥੇ ਬਾਜ਼ਾਰਾਂ 'ਚ ਫਿਰ ਵਿਕਦੀਆਂ ਫਿਰਨਗੀਆਂ, ਕਿਰਪਾ ਕਰੋ ਪਰਉਪਕਾਰ ਵਾਸਤੇ ਕਿਰਪਾ ਕਰੋ। ਮਹਾਤਮਾ 'ਚ ਸਾਰੀਆਂ ਸ਼ਕਤੀਆਂ ਹੁੰਦੀਆਂ ਪਰ ਦਿਖਾਉਂਦੇ ਨਹੀਂ ਹੈ, ਹੁਣ ਜੀ ਖਦਾਏ ਦੇ ਭੇਤ ਨਾ ਕਿਸੇ ਦਿਨ, ਰੱਬ ਦੇ ਨਾਲ ਰਹਿੰਦੇ ਹੋਏ ਭੇਤ ਨਹੀਂ ਦਿੰਦੇ। ਕਹਿੰਦੇ ਚੰਗਾ ਅਸੀਂ ਸੁਖਮਨੀ ਸਾਹਿਬ ਪੜ੍ਹਾਂਗੇ, ਰਾਹ ਲੈ ਲੈਂਦੇ ਹਾਂ। ਦਰਿਆ ਦੇ ਕੰਢੇ ਆ ਕੇ ਕਹਿਣ ਲੱਗੇ ਵੀ ਅਸੀਂ ਸੁਖਮਨੀ ਸਾਹਿਬ ਪੜ੍ਹਨੀ ਹੈ ਅਤੇ ਤੂੰ ਗੇਟ ਗੇਟ ਚੱਲ ਪਾ। ਦਰਿਆ ਇੱਕਦਮ ਥੱਲੇ ਉਤਰ ਗਿਆ। ਬਹੁਤ ਸਾਰੇ ਪ੍ਰੇਮੀ ਜਿਹੜੇ ਸਾਇੰਸ ਪੜ੍ਹਦੇ ਨੇ, ਨਾਸਤਿਕ ਪੁਸਤਕਾਂ ਪੜ੍ਹਦੇ ਨੇ, ਉਹਨਾਂ ਦੇ ਮਨਾਂ 'ਚ ਹੁੰਦਾ ਵੀ ਇਹ ਵੀ ਗੱਲ ਹੋ ਜਾਂਦੀ ਆ ਵੀ ਪਿੱਛੇ ਪਾਣੀ ਆ ਰਿਹਾ ਬੇਅੰਤ, ਉਹ ਉੱਤਰ ਕਿੱਥੇ ਗਿਆ, ਪਾਣੀ ਕਿੱਧਰ ਚਲਿਆ ਗਿਆ। ਇਹ ਨਹੀਂ ਹੁੰਦਾ ਸਾਧ ਸਿੰਘ ਜੀ ਸੰਤ ਦਾ ਵਚਨ ਹੋ ਜਾਵੇ, ਜਿੱਥੇ ਪਾਣੀ ਆ ਉੱਥੇ ਹੀ ਖੜ੍ਹ ਜਾਣਾ, ਚਾਹੇ 400 ਮੀਲ ਪਿੱਛੋਂ ਆ ਰਿਹਾ ਉੱਥੇ ਹੀ ਰੁਕ ਜਾਣਾ, ਜਿਹੜਾ ਪਾਣੀ ਢਲ ਰਿਹਾ ਬਰਫ਼ ਦਾ ਉਹ ਢਲਣ ਤੋਂ ਹਟ ਜਾਣਾ। ਸਭ ਤੋਂ ਵੱਡਾ ਬਚਨ ਹੁੰਦਾ ਸਾਧੂ ਦਾ, ਹੁਣ ਸਾਧੂ ਨੇ ਬਚਨ ਕਰਤਾ ਵੀ ਗਿਰ ਗਿਰ ਹੋ ਜਾ, ਫੌਜਾਂ ਲੱਗਣੀਆਂ ਸ਼ੁਰੂ ਹੋ ਗਈਆਂ। ਅਤੇ ਇੱਕ ਪਲਟਣ ਜਿਹੜੀ ਸੀ ਉਹ ਨਾਸਤਿਕ ਸੀ, ਕਹਿੰਦੇ ਜਦ ਬਾਬਾ ਜੀ ਦੀ ਸੁਖਮਨੀ ਸਾਹਿਬ ਖਤਮ ਹੋ ਜਦ ਜਾਵਾਂਗੇ। ਉਹਨਾਂ ਨੇ ਇਸ਼ਾਰਾ ਕਰਤਾ ਇਹ ਦਰਿਆ ਵਿੱਚ ਉਤਰੇ ਜਾ, ਅੱਧ 'ਚ ਗਏ ਉਹ ਬਰੇਤੀ 'ਤੇ ਚਲੇ ਗਏ, ਦਰਿਆ ਓਡੀਓ ਛਾਲਾ ਹੀ ਰੋੜ ਕੇ ਲੈ ਗਿਆ। ਮਹਾਰਾਜਾ ਰਣਜੀਤ ਸਿੰਘ ਕਹਿੰਦਾ ਮਹਾਰਾਜ ਆਪਣੀ ਇੱਕ ਪਲਟਣ ਰੁੜ ਗਈ, ਕਹਿੰਦੇ ਭਾਈ ਨਾਸਤਿਕ ਸੀ ਉਹਨੇ ਬਲੀ ਲੈ ਲਈ। ਇਹ ਸਭ ਹੁਕਮ ਮੰਨਦੇ ਹੈ, ਹਵਾ ਹੁਕਮ ਮੰਨਦੀ ਆ, ਅੱਗ ਹੁਕਮ ਮੰਨਦੀ ਹੈ, ਕੋਈ ਚੀਜ਼ ਐਸੀ ਨਹੀਂ ਜਿਹੜਾ ਸਾਧੂਆਂ ਦਾ ਹੁਕਮ ਨਾ ਮੰਨੇ। ਸੋ ਇਹ ਵੱਡੇ ਰਾਜੇ ਹੁੰਦੇ ਨੇ, ਐਵੇਂ ਨਹੀਂ ਹੁੰਦੇ ਹੈਗੇ ਵੀ ਭੇਖ ਧਾਰ ਲਿਆ ਫਲਾਣੇ ਸੰਤ ਫਲਾਣੇ ਸੰਤ, ਅੰਦਰ ਹੁੰਦੀ ਹੈ ਜੋਤ, ਪਰਮੇਸ਼ੁਰ ਨਾਲ ਇੱਕ ਮਿੱਕ ਹੋਏ ਹੁੰਦੇ ਨੇ, ਲੇਕਿਨ ਉਹਦੀ ਰਜ਼ਾ 'ਚ ਰਹਿੰਦੇ ਨੇ। ਐ ਨਹੀਂ ਵੀ ਤਮਾਸ਼ੇ ਕਰਦੇ ਫਿਰ ਨਾਟਕ ਚੇਟ ਕੀਏ ਕੁਕਾਜਾ ਪ੍ਰਭ ਲੋਕਨ ਕੋ ਆਉਤ ਲੱਗ। ਮੂਸਾ ਜੀ ਦੇ ਪਿੱਛੇ ਫਰਿਊਨ ਪੈ ਗਿਆ ਮਿਸਰ ਦਾ ਬਾਦਸ਼ਾਹ, ਬੜਾ ਹੀ ਜ਼ਾਲਮ ਸੀ ਉਹ, ਇਹ ਸਾਰੀ ਯਹੂਦੀ ਕੌਮ ਨੂੰ ਉਹ ਕਹਿੰਦਾ ਸੀ ਮੈਂ ਇੱਕ ਨਹੀਂ ਜਿਉਂਦਾ ਛੱਡਣਾ। ਇਹ ਸਮੁੰਦਰ ਦੇ ਕੰਢੇ ਆ ਗਏ, ਸੋਇਜ ਨਹਿਰ ਜਿੱਥੋਂ ਸ਼ੁਰੂ ਹੁੰਦੀ ਹੈ ਉਹਦੇ ਉੱਪਰਲੇ ਪਾਸੇ, ਇਹਨਾਂ ਨੇ ਉੱਥੋਂ ਦੀ ਰਸਤਾ ਬੰਦ ਹੋ ਗਿਆ, ਪਿੱਛੇ ਪਤਾ ਆ ਗਿਆ ਵੀ ਉਹ ਤਾਂ ਫੌਜਾਂ ਚੜ੍ਹ ਕੇ ਆ ਰਿਹਾ। ਮੂਸਾ ਜੀ ਨੇ ਦੁਆ ਕਰੀ ਵੀ ਹੇ ਅੱਲਾ ਤਾਲਾ ਹੁਣ ਕੀ ਹੋਏਗਾ, ਉਹ ਤਾਂ ਫੌਜਾਂ ਚੜ੍ਹ ਹੀ ਆ ਰਿਹਾ। ਆਵਾਜ਼ ਆਈ ਕਹਿੰਦੇ ਮੂਸਾ ਸਮੁੰਦਰ ਦੇ ਇੱਕ ਡੰਡਾ ਮਾਰ ਕੇ ਕਹਿੰਦੇ ਵੀ ਰਾਹ ਦੇ ਦੇ। ਡੰਡਾ ਮਾਰਿਆ ਉਹਨੇ, ਦੋ ਹਿੱਸਿਆਂ 'ਚ ਫਟ ਗਿਆ ਸਮੁੰਦਰ, ਸਾਰੇ ਯੋਧੇ ਨਿਕਲ ਗਏ। ਜਦ ਫਰਮੂਨ ਆਇਆ ਉਹਦੀਆਂ ਫੌਜਾਂ ਵਿੱਚ ਬੜੀਆਂ, ਦਰਿਆ ਸਮੁੰਦਰ ਮਿਲ ਗਿਆ ਉੱਥੇ ਹੀ ਮਰ ਗਿਆ। ਉਸ ਦਿਨ ਤੋਂ ਉਹਦਾ ਨਾਂ ਰੈੱਡ ਸੀ ਹੈ, ਲਾਲ ਸਾਗਰ ਕਹਿੰਦੇ ਨੇ, ਉਸ ਦਿਨ ਤੋਂ ਉਹਦਾ ਨਾਂ ਬਦਲ ਗਿਆ। ਸੋ ਐਸੀਆਂ ਅਨੇਕਾਂ ਹੀ ਮਿਸਾਲਾਂ ਨੇ, ਇੱਕ ਨਹੀਂ ਹੈ ਦੋ ਨਹੀਂ ਹੈ, ਜਾ ਕੇ ਕਿਹਾ ਦਰਗਾਹ ਚਲਾ ਸੋ ਕਿਸ ਕੋ ਨਜ਼ਰ ਲਾਇਆ ਵੇ ਤਰ੍ਹਾਂ। ਕਹਿੰਦੇ ਲਾਈਨ ਲਵਾ ਦੇ, ਲਾਈਨ ਲਵਾ ਤੀ 14ਵਾਂ। ਮੈਂ ਕਿਹਾ ਜੀ ਤੁਹਾਡਾ 14ਵਾਂ ਨੰਬਰ ਹੈ? ਕਹਿੰਦੇ ਕੋਈ। ਹੌਲੀ 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 ਸਾਰੇ ਮਿਲਦੇ ਨੇ, ਅਤੇ ਉਹਦੇ ਬਾਅਦ ਉਹਦੀ ਵਾਰੀ ਆ ਗਈ। ਕਹਿੰਦਾ ਮੈਨੂੰ ਕਿੰਨੇ ਮਿੰਟ ਦਵੋਗੇ? ਮੈਂ 20 ਮਿੰਟ ਬਚਦੇ ਨੇ। ਕਹਿੰਦਾ 20 ਨਹੀਂ ਮੈਨੂੰ 30 ਦਿਓ, ਮਸਾਂ ਮੈਂ ਦਰਸ਼ਨ ਕਰੇ ਆ ਮਹਾਂਪੁਰਸ਼ਾਂ ਦੇ। ਸੋ ਮਹਾਂਪੁਰਸ਼ਾਂ ਦਾ ਸੰਗ ਜਿਹੜਾ ਹੈ ਸਾਰੇ ਹੀ ਲੋਚਦੇ ਨੇ, ਵੱਡੇ ਹੁੰਦੇ ਨੇ ਇਹ ਪਰਮੇਸ਼ਰ ਦੇ ਰੂਪ। ਸੋ ਤੀਰਥ ਵੀ ਲੋਚਦੇ ਨੇ ਵੀ ਮਹਾਂਪੁਰਸ਼ਾਂ ਦੀ ਚਰਨ ਧੂੜ ਮਿਲ ਜਾਵੇ,
ਸੋ ਇਹ ਜਿਹੜਾ ਸੀਗਾ ਮਹਾਰਾਜ ਨਾਭੇ ਦੇ ਕੋਲ ਆਇਆ ਹੋਇਆ, ਮਹਾਰਾਜ ਨੇ ਕਿਹਾ ਕਿਤੇ ਹੋਵੇ ਹੀ ਨਾ ਥੋੜ੍ਹਾ ਬਹੁਤਾ। ਉਹ ਜਦ ਖੜਾ ਹੋ ਗਿਆ ਇਹਨਾਂ ਦੇ ਸਤਿਕਾਰ ਵਾਸਤੇ, ਬਈ ਸ਼ਗਨ ਲੈ ਕੇ ਆਇਆ ਮੈਂ ਖੜਾ ਹੋ ਗਿਆ, ਉਸ ਵੇਲੇ ਉਹਨੇ ਇਸ਼ਾਰਾ ਕਰਤਾ, ਫੌਜ ਬਹਿ ਗਈ, ਲਾਠੀਚਾਰਜ ਸ਼ੁਰੂ ਹੋ ਗਿਆ। ਜਿਹੜੇ 500 ਨਾਲ ਸੀ ਉਹ ਤਾਂ ਪਹਿਲਾਂ ਹੀ ਦੌੜ ਗਏ ਵੀ ਕਿਹੜਾ ਕੁੱਟ ਖਾਵੇ, ਇਕੱਲਾ ਰਹਿ ਗਿਆ, ਇਕੱਲਾ ਫੜ ਲਿਆ। ਕਹਿੰਦੇ ਮਾਰੋ ਨਾ ਇਹਨੂੰ। ਮਹਾਰਾਜ ਨੇ ਬੁਲਾ ਲਿਆ, ਥੱਲੇ ਬਿਠਾ ਲਿਆ। ਕਹਿੰਦੇ ਕਿਉਂ ਬਈ ਪਖੰਡੀਆ, ਤੂੰ ਗੁਰੂ ਗੋਬਿੰਦ ਸਿੰਘ ਬਣਿਆ ਹੋਇਆ ਸੀ, ਜਦ ਚੰਗੀ ਮਾਰ ਪਈ। ਕਹਿੰਦਾ ਮਹਾਰਾਜ ਮੈਂ ਤਾਂ ਫਲਾਣੇ ਪਿੰਡ ਦੇ ਰਹਿਣ ਵਾਲਾ, ਮੈਂ ਐਂ ਕਰੀ ਜਾਂਦਾ ਹੁੰਦਾ, ਆ ਗਈ ਆ ਗਈ, ਮੈਨੂੰ ਆਪ ਨਹੀਂ ਸੀ ਪਤਾ ਕੀ ਆ ਗਈ। ਇਹ ਲੋਕਾਂ ਨੇ ਮੈਨੂੰ ਮੰਨ ਲਿਆ ਅਤੇ ਮੈਂ ਫਿਰ ਗੁਰੂ ਬਣ ਕੇ ਬਹਿ ਗਿਆ। ਇਹ ਕੱਚੇ ਗੁਰੂ ਪਖੰਡੀ ਗੁਰੂ ਹੋਇਆ ਕਰਦੇ ਨੇ। ਸੋ ਬਾਬਾ ਅਮਰਦਾਸ ਜੀ ਕਹਿਣ ਲੱਗੇ ਕਿ ਮੈਨੂੰ ਪਖੰਡੀ ਗੁਰੂ ਤਾਂ ਬੇਅੰਤ ਮਿਲੇ, ਪਰ ਜਿਹਦੇ ਤਸੱਲੀ ਆ ਜਾਵੇ ਉਹ ਗੁਰੂ ਨਾ ਮਿਲਿਆ, ਕਿਉਂਕਿ ਮੈਂ ਵੀ ਕੁਛ ਲਈ ਫਿਰਦਾ ਗੁਰੂ ਦੀ ਭੇਟਾ ਕਰਨ ਵਾਸਤੇ। ਐਸਾ ਗੁਰੂ ਨਾ ਮਿਲਿਆ ਜਿਹਨੂੰ ਮੈਂ ਆਪਾਂ ਭੇਟ ਕਰ ਦਿੰਦਾ। ਇੰਨੀ ਗੱਲ ਸੁਣਦੀ ਸਾਰ ਕਰਮਕਾਂਡ ਹੀ ਸੀ। ਕਹਿਣ ਲੱਗਿਆ ਬਾਬਾ ਅਮਰਦਾਸ ਤੂੰ ਬੋਲਣ ਨੂੰ ਬੜਾ ਮਿੱਠਾ, ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਮਾਲਾ ਫੇਰਦਾ, ਮੈਨੂੰ ਕੀ ਪਤਾ ਸੀ ਕਿ 70 ਸਾਲ ਦੀ ਉਮਰ 'ਤੇ ਹੀ ਤੂੰ ਨਗੋਰਾ ਹੀ ਤੁਰਿਆ ਫਿਰਦਾ, ਅਤੇ ਨਗੁਰੇ ਦੇ ਹੱਥੋਂ ਖਾਣ ਨਾਲ ਸਾਰੇ ਕਰਮ ਧਰਮ ਭ੍ਰਿਸ਼ਟ ਕਰਤੇ ਤੈਂ ਮੇਰੇ ਪਿਆਰਿਆ, ਸਾਰੀ ਜ਼ਿੰਦਗੀ ਦੀ ਮਿਹਨਤ ਗਈ, ਰੋਣ ਲੱਗ ਗਿਆ ਉੱਚੀ 'ਚ। ਕਿਉਂਕਿ ਨਗੋਰਾ ਜਿਸ ਥਾਂ 'ਤੇ ਬੈਠ ਜਾਵੇ ਉਹ ਥਾਂ ਭ੍ਰਸ਼ਟ ਹੋ ਜਾਇਆ ਕਰਦੀ ਹੈ। ਐਸਾ ਅਧਿਆਤਮ ਇਤਿਹਾਸ ਵਿੱਚ ਰਸਾਖੀਆਂ ਆਉਂਦੀਆਂ ਵੀ ਤਾਂ ਇੰਨੀ ਮਾੜੀ ਗੱਲ ਕਰੀ, ਤੇਰਾ ਤਾਂ ਨਾਂ ਲੈਣਾ ਹੀ ਬੁੜਾ, ਨਗੋਰੇ ਕਾ ਹੈ ਨਾਂ ਬੁਰਾ, ਅਤੇ ਤੇਰੀ ਗਤੀ ਕੀ ਹੋਏਗੀ, ਨਗੋਰੇ ਕੋ ਗਤ ਕਾਈ ਨਾਹੀਂ, ਅਵਗਣ ਮੁੱਠੇ ਚੋਟਾਂ ਖਾਈ। ਇਹਦਾ ਜਮਦੂਤਾਂ ਦੇ ਦਰ 'ਤੇ ਜਾ ਕੇ ਚੋਟਾਂ ਪੈਣਗੀਆਂ, ਕੋਈ ਰਾਖਾ ਬਣਾਇਆ ਬਾਬਾ ਅਮਰਦਾਸ ਤੈਂ? ਮਹਾਰਾਜ ਕਹਿੰਦੇ ਉੱਥੇ ਹੱਥ ਨਾ ਉਪੜੇ, ਕੂਕ ਨਾ ਸੁਣੀਆ ਬੇਕਾਰ, ਉੱਥੇ ਸਤਿਗੁਰ ਬੇਲੀ ਹੋਵੇ ਕੱਢ ਲਏ ਅੰਤੀ ਵਾਰ। ਜੇ ਸਤਿਗੁਰੂ ਹੈ ਹੀ ਨਹੀਂ ਕੱਢੂ ਕਿਹੜਾ? ਗੁਰੂ ਮਹਾਰਾਜ ਕਹਿਣ ਲੱਗੇ ਦਾਨਿਆ ਤੂੰ ਬਈ ਕੇਸ ਰੱਖ ਲੈ ਸਿਰ 'ਤੇ, ਜਦ ਉੱਧਰ ਗਏ ਨੇ ਮਾਲ ਵਿੱਚ। ਕਹਿੰਦਾ ਮਹਾਰਾਜ ਕੇਸ ਕੀ ਕੰਮ ਆਉਂਦੇ ਨੇ? ਕਹਿੰਦੇ ਜਦ ਸਿੱਖ ਡੁੱਬਦਾ ਨਾ ਨਰਕਾਂ 'ਚ ਗੋਤੇ ਖਾਂਦਾ, ਫਿਰ ਅਸੀਂ ਹੱਥ ਪਾ ਕੇ ਕੱਢ ਲੈਂਦੇ ਹਾਂ। ਕਹਿੰਦਾ ਦੇਖੋ ਮੇਰਾ ਦਾੜਾ ਕਿੰਨਾ ਕਿੰਨਾ, ਇੱਥੋਂ ਹੀ ਫੜ ਲਿਓ। ਮਹਾਰਾਜ ਨੇ ਦਾੜਾ ਫੜ ਕੇ ਝਟਕਾ ਮਾਰਿਆ, ਧਰਤੀ ਨਾਲ ਮੱਥਾ ਲੱਗ ਗਿਆ। ਕਹਿੰਦੇ ਲੈ ਦਾਨਿਆ ਜੇ ਐਂ ਮਾਰਿਆ ਫਿਰ ਤਾਂ ਤੂੰ ਡੁੱਬੇਗਾ ਹੀ, ਉਹ ਕੇਸ ਰੱਖ ਲਏ ਉਹਨੇ। ਸਮਝ 'ਚ ਆ ਗਈ ਗੱਲ, ਮਹਾਰਾਜ ਨੇ ਸਮਝਾਤੀ। ਗੁਰੂ ਜਿਹੜਾ ਇੱਥੇ ਵੀ ਰਾਖੀ ਕਰਦਾ ਹੈ, ਦਰਗਾਹ 'ਚ ਵੀ ਰਾਖੀ ਕਰਦਾ। ਜੇ ਭੁੱਲ ਪੱਟ ਕੇ ਸਿੱਖ ਚਲਿਆ ਜਾਵੇ, ਸਿੱਖ ਨੇ ਜਾਣਾ ਨਹੀਂ ਧਰਮਰਾਜ ਦੇ, ਧਰਮਰਾਜ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ। ਤੇਰੇ ਕੋਲ ਉਹ ਲੋਕ ਆਉਣਗੇ ਜਿਨ੍ਹਾਂ ਨੇ ਦੁਆਇਤ ਭਾਵ ਦੇ ਵਿੱਚ ਆਪਣਾ ਜੀਵਨ ਬਤੀਤ ਕਰਿਆ ਅਤੇ ਨਗੁਰੇ ਰਹਿ ਕੇ ਸੰਸਾਰ 'ਚ ਰਹੇ ਨੇ, ਉਹ ਤੇਰੇ ਜਿਹੜੇ ਗੁਰੂਆਂ ਦੇ ਨੇ ਉਹ ਗੁਰੂਆਂ ਦੇ। ਦੇਖੀ ਕਿਤੇ ਭੁੱਲ ਕੇ ਉਹਨਾਂ ਨੂੰ ਨਾ ਹੱਥ ਪਾ ਬੈਠੀ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟੇ ਨਿਕਟ ਨਾ ਜਾਈਏ ਤੂਤ। ਸੋ ਉਹਦੀ ਗਤੀ ਕੋਈ ਨਹੀਂ ਹੋਇਆ ਕਦੀ, ਕੁੱਤਿਆਂ ਬਿੱਲਿਆਂ 'ਚ ਪੈਂਦਾ। ਗੁਰਮੰਤਰ ਹੀਣ ਜੋ ਪੁਰਾਣੀ, ਤਰਗੰਤ ਜਨਮ ਭ੍ਰਿਸ਼ਟ ਲੈ, ਕੂਕਰੈ ਸੂਕਰੈ ਗਰਦ ਪੈ ਕਾਕੈ ਸਰਬ ਲੈ ਤੁਲ ਕਰ। ਕਹਿੰਦੇ ਬਾਬਾ ਅਮਰਦਾਸ ਤੇਰੀ ਤਾਂ ਗਤੀ ਨਹੀਂ ਆਉਣੀ, ਨਗੋਰੇ ਕੋ ਗਤ ਕਾਈ ਨਾਹੀਂ, ਆਪਗਣ ਮੁੱਠੇ ਚੋਟਾਂ ਖਾਈ। ਗੁਰ ਕੈ ਸ਼ਬਦ ਸੁਖ ਸ਼ਾਂਤ ਸਰੀਰ, ਗੁਰਮੁਖ ਤਾਂ ਕੋ ਲਗੇ ਨਾ ਪੀਰ। ਸਤਿਗੁਰ ਵਜੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨੌ ਬੁਰਾ। ਰੋਣ ਲੱਗ ਗਿਆ ਕਹਿ ਕੇ ਤੈਂ ਤਾਂ, ਕਹਿੰਦਾ ਮੇਰੇ ਨਾਲ ਧੋਖਾ ਕਰਿਆ, ਮੈਂ ਤੇਰੇ ਹੱਥ ਦਾ ਖਾਂਦਾ ਰਿਹਾ, ਬਥੇਰਾ ਬਾਬਾ ਜੀ ਨੇ ਰੋਕਿਆ ਭੁੱਖਾ ਦਿਆਇਆ, ਉਹ ਮੈਂ ਜਿਵੇਂ ਸਾਥ ਛੱਡ ਕੇ ਚਲਿਆ ਗਿਆ। ਸੱਟ ਲੱਗੀ ਦਿਲ ਦੇ ਉੱਤੇ ਵੀ ਹੈ, ਉਹ ਤਾਂ ਕਹਿੰਦਾ ਵੀ ਜੀਵਨ ਦਾ ਭਰੋਸਾ ਕੋਈ ਨਹੀਂ, ਨਾ ਬਾਰਕ ਨਾ ਜੀ ਜੋਬ ਨੇ ਨਾ ਬਿਰਦੀ ਕੱਛ ਬੰਦ ਹੋ, ਬੇਰਾ ਨਾ ਬੁਝੀਏ ਜੋ ਆਏ ਪਰੇ ਜਮ ਫੰਦ। ਐਸੀ ਸੱਟ ਲੱਗੀ ਬੋਲਣਾ ਚੱਲਣਾ ਬੰਦ ਕਰਤਾ, ਕਦੇ ਆਪ ਹੋਕੇ ਲੈ ਕੇ ਬਰਾਕ ਕੱਢਦੇ ਨੇ, ਕਦੇ ਉੱਚੀ ਵੀ ਬੋਲ ਰੋ ਪੈਂਦੇ ਨੇ, ਨਾਲ ਆਵਾਜ਼ ਆਉਂਦੀ ਹੈ ਵੀ ਹੈ ਮੇਰੀ ਕਿਸਮਤ,
ਹੇ ਗੰਗਾ ਮਈਆ ਤੇਰੇ ਕੋਲ ਮੈਂ ਕਿੰਨੀਆਂ ਬੇਨਤੀਆਂ ਕੀਤੀਆਂ, ਮੈਨੂੰ ਗੁਰੂ ਨਾ ਬੁਲਾਇਆ ਤਾਂ ਮੇਰੀ ਤਾਂ ਭਾਵਨਾ ਪੂਰੀ ਨਾ ਕਰੀ। ਮੈਂ ਸਾਲ ਦੇ ਸਾਲ ਇਸ਼ਨਾਨ ਕਰਨ ਜਾਂਦਾ ਸੀ, ਕਹਿੰਦੇ ਨੇ ਇੱਕ ਫਲ ਮਿਲਦਾ, ਮੈਨੂੰ ਤਾਂ ਇੱਕ ਫਲ ਵੀ ਨਹੀਂ ਮਿਲਿਆ। ਸੋ ਇਸ ਤਰ੍ਹਾਂ ਦੀ ਹਾਲਤ ਹੋ ਗਈ। ਬੱਚਿਆਂ ਨੇ ਵੀ ਦੇਖਿਆ, ਖਿਆਲ ਕਰਿਆ ਕਿ ਇਹਨਾਂ ਦਾ ਮਿੱਤਰ ਚਲਿਆ ਗਿਆ, ਬਰਾਕ ਕਰਦੇ ਨੇ ਉਹਦਾ, ਦਿਲ ਦੀ ਗੱਲ ਕਿਸੇ ਨੂੰ ਨਹੀਂ ਦੱਸਦੇ। ਪਹਿਲਾ ਦਿਨ ਲੰਘ ਗਿਆ ਬਿਨਾਂ ਖਾਧੇ, ਰਾਤ ਬਿਨਾਂ ਸੁੱਤੇ ਲੰਘ ਗਈ, ਦੂਸਰਾ ਦਿਨ ਆ ਗਿਆ, ਇਸ ਤਰ੍ਹਾਂ ਦੂਸਰੀ ਰਾਤ ਆ ਗਈ। ਗਰਮੀ ਦਾ ਮਹੀਨਾ ਹੈ, ਆਪ ਕੋਠੇ ਉੱਤੇ ਚਾਰ ਪਾਈ ਲਾਈ ਹੋਈ ਹੈ, ਬਿਸਤਰਾ ਇਕੱਠਾ ਕਰਕੇ ਸਰਾਣੇ ਰੱਖਿਆ ਹੋਇਆ, ਲੇਕਿਨ ਆਪ ਬਰਾਗ ਵਿੱਚ ਇੰਨੇ ਨੇ ਕਿ ਸੌਣ ਨੀਂਦ ਤਾਂ ਨੇੜੇ ਤੇੜੇ ਨਹੀਂ ਆਉਂਦੀ। 2 ਵੱਜ ਗਏ, 2 ਵਜੇ ਗੁਰਮੁਖਾਂ ਦੇ ਉੱਠਣ ਦਾ ਟਾਈਮ ਹੋ ਜਾਂਦਾ, ਕਿਉਂਕਿ ਗੁਰੂ ਘਰ 'ਚ ਮਰਿਆਦਾ ਹੈ। ਪਿੰਨੀ ਰਹਿਣ ਲੜੀਏ ਚਮਕਣ ਤਾਰੇ, ਜਾ ਕੇ ਸੰਤ ਜਨਾ ਮੇਰੇ ਰਾਮ ਪਿਆਰਿਆ ਹੈ ਪੜ੍ਹ ਲਓ, ਸਭ ਬੋਲਿਓ ਅੰਮ੍ਰਿਤ ਵੇਲੇ ਸੰਤ ਜਨਾ ਮੇਰੇ ਰਾਮ ਪਿਆਰੇ।
ਸੀਨੇ ਖਿੱਚ ਜਿਹਨਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਬਹਿੰਦੇ। ਇੱਕੋ ਲਗਨ ਲਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਦੀ ਫਸਲੋਂ ਰੇ ਮੁਕਾਮ ਨਾ ਕੋਈ ਟੋਰ ਪਏ ਨਿਤਨਾ। ਖੜਕਾ ਹੋਇਆ ਗੁਆਂਢ ਦੇ ਅੰਦਰ ਭਾਈ ਦਾ ਘਰ, ਧਿਆਨ ਨਾਲ ਸੁਣਿਆ ਬਈ ਪੌਣੀ ਦੇ ਉੱਤੇ ਕੋਈ ਡੋਲ ਫੁਲਾਇਆ ਜਾ ਰਿਹਾ ਖੂਹੀ 'ਚ। ਡੋਲ ਦੇ ਭਰਨ ਦੀ ਆਵਾਜ਼ ਆਈ, ਡੋਲ ਭਰਿਆ, ਪਾਣੀ ਪਲਟਿਆ, ਫਿਰ ਪਾਇਆ, ਫਿਰ ਪਲਟਿਆ, ਫਿਰ ਪਾਇਆ, ਫਿਰ ਪਲਟਿਆ। ਉਹਦੇ ਬਾਅਦ ਇਸ਼ਨਾਨ ਦਾ ਖੜਕਾ ਸੁਣਿਆ, ਚੁੱਪ ਚਾਂਦ ਹੋ ਗਈ। ਦੋ ਘੰਟੇ ਕੋਈ ਆਵਾਜ਼ ਨਾ ਆਈ, ਚਾਰ ਵੱਜ ਗਏ। ਚਾਰ ਵਜੇ ਪਤਾ ਲੱਗਿਆ ਵੀ ਕਾੜਨੀ ਦੇ ਵਿੱਚ, ਚਾਟੀ ਦੇ ਵਿੱਚ ਕਾੜਨੀ ਲੱਦੀ ਜਾ ਰਹੀ ਹੈ। ਉਹ ਮਧਾਣੀ ਪਾਈ, ਗੁੜ ਵਗੈਰਾ ਪਾਇਆ ਅਤੇ ਉਹਦੇ ਬਾਅਦ ਏਟੀਆਂ ਹੱਥ ਵਿੱਚ ਲਈਆਂ ਅਤੇ ਨਾਲ ਦੀ ਨਾਲ ਜਦ ਖਿੱਚ ਕੇ ਵਿਲਕਣ ਲੱਗੇ ਤਾਂ ਆਵਾਜ਼ ਆਈ ਤੇਮੀ, ਆਵਾਜ਼ ਆਈ ਜਪਜੀ ਸਾਹਿਬ ਦੀ, ਸਮਝ ਨਹੀਂ ਆ ਰਹੀ। ਜਪਜੀ ਸਾਹਿਬ ਦੀ ਸਮਾਪਤੀ ਹੋਣ ਤੋਂ ਬਾਅਦ ਫਿਰ ਉੱਚੀ ਆਵਾਜ਼ ਆਈ ਜਿਹੜੀ ਬੜੇ ਹੀ ਧਿਆਨ ਨਾਲ ਸੁਣੀ, ਇਸ ਤਰ੍ਹਾਂ ਪੜ੍ਹੋ ਸਾਰੇ। ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ ਹੈ, ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ ਹੈ। ਆਵਾਜ਼ ਸਮਝ ਆਈ ਕਿ ਕੋਈ ਜਿਗਿਆਸੂ ਜਿਵੇਂ ਪਪੀਹਾ ਪਾਣੀ ਨੂੰ ਪਿਰੋ ਪਿਰੋ ਕਰਦਾ, ਆਪਣੇ ਗੁਰੂ ਦੇ ਦਰਸ਼ਨ ਦੀ ਲੋਚਾ ਕਰੇ। ਗੁਰੂ ਦਾ ਧਿਆਨ ਹਿਰਦੇ ਵਿੱਚ ਵਸ ਗਿਆ ਅਤੇ ਉਹਦੇ ਬਾਅਦ ਦੂਸਰੀ ਆਵਾਜ਼ ਸੁਣਾਈ ਦਿੰਦੀ ਹੈ, ਜਾਮਾ ਬਲਿਹਾਰ ਜੀ ਮੈਂ ਆਪਣੇ ਗੁਰਾਂ, ਜਾਮਾ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ।
ਤਰ੍ਹਾਂ ਸਮਝ ਲਿਆ। ਪਹਿਲਾਂ ਲੋਚਾ ਕੀਤੀ ਹੈ ਗੁਰੂ ਦੇ ਦਰਸ਼ਨ ਦੀ, ਗੁਰੂ ਦਾ ਦਰਸ਼ਨ ਹਿਰਦੇ ਵਿੱਚ ਵੱਸ ਗਿਆ। ਫਿਰ ਬਲਿਹਾਰੀ ਜਾ ਰਹੇ ਨੇ ਦਿਨ ਵਿੱਚ ਸੈਂਕੜੇ ਵਾਰੀ ਉਸ ਗੁਰੂ ਤੋਂ ਜਿਹਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ। ਕੁਛ ਵਿਚਾਰ ਆਈ ਮਨ ਦੇ ਅੰਦਰ, ਵਾਰ ਵਾਰ ਧਿਆਨ ਨਾਲ ਸਰਵਣ ਕੀਤਾ, ਕੁਛ ਸ਼ਾਂਤੀ ਆਈ ਵੀ ਸਾਡੇ ਘਰ ਵਿੱਚ ਗੁਰੂ ਦੀ ਬਾਤ ਹੋ ਰਹੀ ਹੈ। ਅਜੇ ਵਿਚਾਰੇ ਕਰ ਰਹੇ ਸੀ ਉਸੇ ਵੇਲੇ ਦੂਸਰੀ ਆਵਾਜ਼ ਆਈ, ਬਿਨਾਂ ਗੁਰਾਂ ਤੋਂ ਨਾ ਮਿਟਦਾ ਹਨੇਰਾ, ਚੰਦ ਭਾਵੇਂ ਸੌ ਚੜ੍ਹੇ, ਗੁਰਾਂ ਤੋਂ ਨਾ ਮਿਟਦਾ ਹਨੇਰਾ, ਚੰਦ ਭਾਵੇਂ ਸੌ ਚੜ੍ਹੇ। ਐਸੇ ਬਾਗ ਸੁਣੇ, ਸਮਝਣ ਦਾ ਯਤਨ ਕਰਿਆ ਬਈ ਗੁਰੂ ਤੋਂ ਬਗੈਰ ਹਨੇਰਾ ਨਹੀਂ ਮਿਟਿਆ ਕਰਦਾ। ਇਹ ਗੱਲ ਵਿਚਾਰ ਨਾਲ ਹੀ ਹੈ ਵੀ ਹਨੇਰਾ ਸੂਰਜ ਨਹੀਂ ਹੈ ਉੱਥੇ, ਚੰਦ ਨਹੀਂ ਹੈ। ਕਹਿੰਦੇ ਸੂਰਜ ਚੰਦ ਦੀ ਰੋਸ਼ਨੀ ਉਹ ਹਨੇਰੇ ਨੂੰ ਦੂਰ ਨਹੀਂ ਕਰ ਸਕਦੀ। ਇਹ ਕੇਵਲ ਸਤਪੁਰਸ਼ ਤਤਵੇਤਾ ਮਹਾਂਪੁਰਸ਼ ਹੈ ਜਿਹੜਾ ਉਸ ਹਨੇਰੇ ਨੂੰ ਦੂਰ ਕਰਦੇ, ਬਾਕੀ ਤਾਂ ਕਿਸੇ ਦੀ ਤਾਕਤ ਹੀ ਨਹੀਂ ਹੈ। ਕਿਉਂਕਿ ਉਹ ਸ਼ਬਦ ਦੇ ਪ੍ਰਕਾਸ਼ ਨਾਲ ਚਾਨਣਾ ਹੁੰਦਾ ਉੱਥੇ, ਬਿਨ ਸ਼ਬਦ ਅੰਤਰ ਹਨੇਰਾ, ਨਾ ਬੱਸ ਲਏ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਤਦਰ ਖੁੱਲ੍ਹੇ ਨਾਈ, ਗੁਰਪੂਰੇ ਭਾਗ ਮਿਲਾਵੜਿਆ।